श्री हर राय नमो कर तेग बहादुर परम कृपाला जी श्री गुरु गोबिंद सिंह तरो तरा पर पुन पुन सीसा पुन पुन सीसा बंदा बार बार एकंकार सतगुरु ते प्रसाद सच होए वाहे गुरु जी की फतेह बेगन बिनासन वाहे गुरु जी की फतेह बेगन बिनासन सो सतनाम श्री वाहे गुरु साहिब जी जिम पाग बांध बेरीत होए चहे चंत वस्त अनवाए सोए एह ठाए लबें तब मोल ले हो नत अपर नगर तन भेद देहो वाहिगुरु जी का खालसा वाहिगुरु जी की फतेह। तू सुल्तान कहो मियां तेरी कवन बड़ाई जो तू देह सो कहा स्वामी मैं मूर्ख कहन न जाई तेरे गुण गावां देह बुझाई जैसे सच मैं रहूं रजाई पाक परवरदगार दसां पातशाहियां दी आत्मक जागदी जोत श्री गुरु ग्रंथ साहिब जी दे पवित्र पावन चरण कमलां विच संध्या समय दे दीवाना विच हाजरियां भर रही गुरु का खास रूप गुरु खालसा साध संगत जीओ धनता दे पात्र हो नेता प्रति गुरु चरणा च जुड़ के अपने जीवन का कुछ समा गुरु लेखे ला के सफला कर दे। आज कलगियां वाले चोजी प्रीतम साहबे कमाल श्री गुरु गोबिंद सिंह साहब जी महाराज जी दे लखते जिगर महान सूरवीर महान योधे साहबजादा बाबा अजीत सिंह जी का जन्म दिहाड़ा है। पौंटा साहब की धरती से कलगीधर जी विराजमान ने सतगुरां दे सत्कारयोग माता गुजरी जी ने कलगीधर स्वामी जी नूं बेनती की महाराज आप जी की शादी नूं कई साल बीत चुके हैं मेरे मन विच भी रीझ आउंदी है कि मैं तुहाडे पुत्तर नूं अपने पोतरे नूं अपनी गोद च खड़ावां उन्हूं दुलार करां। कलगीधर स्वामी ने वचन किया माता जी तुहाडी इच्छा गुरु नानक साहब दे वस है वह पूरी करनगे समा पा के सतगुरु कलगीधर जी दे महल सत्कारयोग माता सुंदरी दे प्रसूता होए अज दे दिन पौंटा साहब की धरती ते साहबजादा बाबा अजीत सिंह जी का जन्म माता सुंदरी जी दे उदर तों होए। इतिहासकार ऐसा भी दसदे ने कलगीधर जी पगाणी का जंग लड़के आए सन
सेवादार ने वचन किया महाराज बधाई होवे। गुरदेव ने वचन किया कि जंग जित के आए हां, जड़ा बालक आया भी अजीत होवेगा, इनू कोई जित नहीं सकेगा, इस करके इन्हों का नाम साहबजादा अजीत सिंह होवेगा। ਸਤਿਆਕਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਪਰਵਰਿਸ਼ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹਿਨੁਮਾਈ ਚ ਹੋਈ। ਗੁਰਮਤਿ ਦੀ ਵਿਦਿਆ, ਸ਼ਸਤਰ ਵਿਦਿਆ, ਘੋੜ ਸਵਾਰੀ, ਨੇਜੇਬਾਜ਼ੀ, ਪਲੱਥੇਬਾਜ਼ੀ, ਇਹ ਸਾਰੀ ਵਿਦਿਆ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਾਹਰ ਸਨ। ਦੋ ਜੰਗ ਗੁਰੂ ਕਲਗੀਧਰ ਜੀ ਦੇ ਹੁਕਮ ਨਾਲ ਬਾਬਾ ਅਜੀਤ ਸਿੰਘ ਜੀ ਨੇ ਲੜੇ ਨੇ, ਜਿਹੜੇ ਇਕੱਲਿਆਂ ਲੜੇ ਨੇ। ਰੰਗੜਾ ਨੂੰ ਸੋਧਾ ਲਾਇਆ, ਹੁਸ਼ਿਆਰਪੁਰ ਦੇ ਲਾਗੇ ਨੂਰਪੁਰ ਦੇ ਨੇੜੇ ਬਸੀ ਦਾ ਇੱਕ ਪਠਾਨ ਸੀ, ਉਹਨੂੰ ਸੋਧਾ ਲਾ ਕੇ, ਕਿਉਂਕਿ ਬ੍ਰਾਹਮਣ ਦੀ ਲੜਕੀ, ਬ੍ਰਾਹਮਣ ਦੀ ਘਰਵਾਲੀ ਉਹਨੇ ਜਬਰੀ ਆਪਣੇ ਘਰ ਪਾ ਲਈ। ਉਹ ਜਦੋਂ ਕਲਗੀਧਰ ਕੋਲ ਰੋਇਆ ਤੇ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਨੂੰ ਭੇਜਿਆ। ਬਾਬਾ ਜੀ ਗਏ, ਪਠਾਨ ਨੂੰ ਜਿਉਂਦੇ ਨੂੰ ਮੁਸ਼ਕਾਂ ਬੰਨ ਕੇ ਆਨੰਦਪੁਰ ਸਾਹਿਬ ਲਿਆਏ। ਉਹ ਤਾਂ ਕਿਲ੍ਹਾ ਖੇਡਿਆ ਉਹਦਾ। ਤੋ ਇਸ ਪ੍ਰਕਾਰ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਨੇ ਚਮਕੌਰ ਦੇ ਜੰਗ ਵਿੱਚ ਵੀ ਗੁਰੂ ਕਲਗੀਧਰ ਜੀ ਦੇ ਹੁਕਮ ਨਾਲ ਆਪਣੀ ਤਲਵਾਰ ਦੇ ਜ਼ੋਰ ਵਿਖਾਏ, ਐਸੇ ਮਹਾਨ ਸੂਰਬੀਰ ਤਪਸਵੀ ਸਾਹਿਬ ਬਾਬਾ ਅਜੀਤ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਮੂਹ ਮਾਈ ਭਾਈ ਨੂੰ ਲੱਖ ਲੱਖ ਵਧਾਈਆਂ ਹਨ। ਕਲਗੀਆਂ ਵਾਲੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਨੌਵੇਂ ਪਾਤਸ਼ਾਹ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਹਿਬ ਨੇ ਕੀਤਾ ਹੈ। ਭਾਈ ਜੈਤਾ ਜੀ ਜੋ ਦਿੱਲੀ ਤੋਂ ਸਾਹਿਬ ਜੀ ਦਾ ਸੀਸ ਲੈ ਕੇ ਆਏ, ਉਹਨਾਂ ਕੋਲੋਂ ਸਾਰਾ ਪ੍ਰਸੰਗ ਪੁੱਛਿਆ ਹੈ ਕਿ ਕਿਵੇਂ ਸੀਸ ਲੈ ਕੇ ਆਏ ਹੋ ਤੁਸੀਂ। ਭਾਈ ਜੈਤਾ ਜੀ ਨੇ ਸਾਰੀ ਵਿਥਿਆ ਉੱਥੋਂ ਦੀ ਸੁਣਾਈ, ਕਿਵੇਂ ਸਾਹਿਬ ਨੂੰ ਸ਼ਹੀਦ ਕੀਤਾ, ਕਿਵੇਂ ਸੀਸ ਲਿਆਏ, ਸਤਿਗੁਰਾਂ ਦਾ ਧਾੜ ਉਹ ਕਿਵੇਂ ਭਾਈ ਲੱਖੀ ਸ਼ਾਹ ਜੀ ਲੈ ਕੇ ਗਏ। ਕਲਗੀਧਰ ਜੀ ਨੇ ਭਾਈ ਜੈਤੇ ਨੂੰ ਘੁੱਟ ਕੇ ਗੱਲ ਵਕੜੀ ਚ ਲਿਆ ਤੇ ਬਚਨ ਕੀਤਾ, ਰੰਗਰੇਟਾ ਗੁਰੂ ਕਾ ਬੇਟਾ, ਇਹ ਵਰ ਦੇ ਕੇ ਨਵਾਜਿਆ, ਆਪਣੀ ਗੱਲ ਵਕੜੀ ਚ ਲੈ ਕੇ ਮਾਣ ਦਿੱਤਾ, ਸਤਿਕਾਰ ਦਿੱਤਾ। ਔਰ ਦਸਮੇਸ਼ ਪਿਤਾ ਗੁਰੂ ਕਲਗੀਧਰ ਜੀ ਨੌਵੇਂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਮਹਾਨ ਯੱਗ ਕਰ ਰਹੇ ਨੇ। ਯੱਗ ਦਾ ਮਤਲਬ ਐਸਾ ਨਹੀਂ ਹੁੰਦਾ ਵੀ ਹਵਨ ਕੁੰਡ ਬਾਲੋ ਤੇ ਉਹਦੇ 'ਚ ਯੱਗ ਹੁੰਦਾ। ਆਪਾਂ ਕਹਿ ਦਿੰਦੇ ਹਾਂ ਵੀ ਲੰਗਰ ਕਰਨਾ, ਪ੍ਰਸ਼ਾਦਾ ਕਰਨਾ, ਅਤੇ ਆਮ ਭਾਸ਼ਾ ਵਿੱਚ ਯੱਗ ਕਰਨਾ ਵੀ ਕਹਿ ਦਿੰਦੇ, ਵੀ ਲੰਗਰ ਦਾ ਯੱਗ ਕਰਨਾ, ਵੀ ਲੰਗਰ ਵਰਤਾਉਣਾ। ਉਹ ਇੱਕ ਮਰਿਆਦਾ ਜਿਹੜੀ ਗੁਰਮਤਿ ਦੀ ਹੈ ਕਿ ਜਦੋਂ ਕੋਈ ਸਰੀਰ ਤਿਆਗ ਕੇ ਗੁਰਸਿੱਖ ਸੱਚਖੰਡ ਜਾਂਦਾ ਹੈ ਤਾਂ ਬਾਅਦ ਵਿੱਚ ਉਹਦੇ ਸੰਬੰਧ ਵਿੱਚ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਦੂਰੋਂ ਦਰੇਡਿਆਂ, ਉਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹ ਇੱਕ ਮਰਿਆਦਾ ਵੀ ਹੈ ਜੋ ਚੱਲਦੀ ਆ ਰਹੀ ਹੈ ਹੁਣ ਤੱਕ ਗੁਰੂ ਘਰਾਂ ਵਿੱਚ, ਗੁਰਸਿੱਖਾਂ ਵਿੱਚ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦਾ ਇਤਿਹਾਸ ਸਰਵਣ ਕਰੀਏ। ਮਹਾਰਾਜ ਜੀ ਨੂੰ ਦਸਤਾਰਬੰਦੀ ਹੋ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਮ ਪਾਗ ਬਾਂਧ ਬੇਰੀਤ ਹੋਏ, ਬਚਨ ਬਿਲਾਸ ਹੋਏ ਗੁਰਸਿੱਖਾਂ ਨਾਲ ਕਿ ਦਸਤਾਰਬੰਦੀ ਦੀ ਜਿਹੜੀ ਮਰਿਆਦਾ ਹੁੰਦੀ ਹੈ, ਪਿਤਾ ਦੀ ਵੀ ਪਿਤਾ ਦੇ ਜਾਣ ਤੋਂ ਬਾਅਦ ਪੁੱਤਰ ਦੀ ਦਸਤਾਰਬੰਦੀ, ਦੂਜੀ ਗੁਰਤਾ ਗੱਦੀ ਦੀ ਵੀ ਦਸਤਾਰਬੰਦੀ ਹੈ। ਤੋ ਇਹ ਜਿਹੜੀ ਦਸਤਾਰਬੰਦੀ ਦੀ ਮਰਿਆਦਾ ਹੈ ਇਹਦੀ ਗੱਲ ਹੋਈ ਕਿ ਕਿਸ ਤਰੀਕੇ ਨਾਲ ਹੋਣੀ ਹੈ। ਦਿਨ ਵੀ ਰੱਖ ਲਿਆ, ਮੁਕਰਰ ਕਰ ਲਿਆ। ਚਹੇ ਜੰਤ ਵਸਤ ਅਣਵਾਏ ਸੋਏ, ਹੁਕਮ ਹੋਇਆ ਮਾਤਾ ਜੀ ਹੋਣਾ ਦਾ ਵੀ ਜਿਹੜੀਆਂ ਜਿਹੜੀਆਂ ਵਸਤੂਆਂ ਚਾਹੀਦੀਆਂ, ਕਿਉਂਕਿ ਦਸਤਾਰਬੰਦੀ ਦੇ ਮੌਕੇ ਸੰਗਤ ਨੇ ਦੂਰੋਂ ਦਰੇਡਿਓਂ ਚੱਲ ਕੇ ਆਉਣਾ, ਬਹੁਤ ਸਾਰੇ ਗੁਰਸਿੱਖ ਆਉਣੇ ਨੇ, ਉਹਨਾਂ ਦੇ ਲੰਗਰ ਦਾ ਪ੍ਰਬੰਧ ਕਰਨਾ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ,
ਜਿਹੜੀਆਂ ਜਿਹੜੀਆਂ ਵਸਤੂਆਂ ਚਾਹੀਦੀਆਂ ਹਨ ਉਹ ਮੰਗਵਾਈਆਂ ਹਨ। ਇਹ ਥਾਂ ਲਭੈ ਤਬ ਮੋਲ ਲਿਹੋ, ਕਹਿੰਦੇ ਜੇ ਉਹ ਵਸਤੂਆਂ ਆਨੰਦਪੁਰ ਸਾਹਿਬ ਚੋਂ ਮਿਲਦੀਆਂ ਨੇ ਤਾਂ ਮੁੱਲ ਦੇ ਕੇ ਲੈ ਲਵੋ। ਨਤ ਅਪਰ ਨਗਰ ਧਨ ਭੇਜ ਦੇਹੋ, ਕਿ ਆਨੰਦਪੁਰ ਸਾਹਿਬ ਚ ਸਾਰੀਆਂ ਵਸਤੂਆਂ ਨਹੀਂ ਸਨ ਮੌਜੂਦ, ਹੋ ਸਕਦਾ ਨੇੜੇ ਰੋਪੜ ਤੋਂ ਜਾ ਕੇ ਖਰੀਦਣੀਆਂ ਪੈਣ, ਸਰਹੰਦ ਉਦੋਂ ਵੱਡਾ ਸ਼ਹਿਰ ਸੀ ਉੱਥੋਂ ਖਰੀਦਣੀਆਂ ਪੈਣ। ਤੋ ਇਸ ਕਰਕੇ ਜਿਹੜੀ ਵਸਤੂ ਆਨੰਦਪੁਰ ਸਾਹਿਬ ਚੋਂ ਨਹੀਂ ਮਿਲਦੀ, ਕੋਈ ਪਦਾਰਥ ਜਾਂ ਕੋਈ ਕੱਪੜੇ ਹਨ ਜਾਂ ਕਿਸੇ ਸੰਗਤ ਦੇ ਰਹਿਣ ਸਹਿਣ ਵਾਸਤੇ ਘਿਓ ਹੈ ਜਾਂ ਲੰਗਰ ਪ੍ਰਸ਼ਾਦੇ ਲਈ ਆਟਾ ਹੈ, ਉਹ ਮਾਤਾ ਜੀ ਨੇ ਹੁਕਮ ਕੀਤਾ ਵੀ ਤੁਸੀਂ ਦੂਸਰੇ ਨਗਰਾਂ ਦੇ ਵਿੱਚੋਂ ਜਿੱਥੋਂ ਮਿਲਦਾ ਹੈ ਉਹਨਾਂ ਨੂੰ ਮੁੱਲ ਦੇ ਕੇ ਮਾਇਆ ਦੇ ਕੇ ਉਹ ਖਰੀਦ ਕੇ ਲੈ ਆਓ। ਸੁਣ ਸੁਣ ਮਸੰਦ ਪਾਠ ਦਰਬ ਦੀਨ, ਜਿੰਨੇ ਮਸੰਦ ਸਨ ਹੁਕਮ ਸੁਣ ਕੇ ਗੁਰੂ ਪਾਤਸ਼ਾਹ ਦਾ ਮਾਤਾ ਜੀ ਹੋਣਾ ਦਾ, ਮਸੰਦਾਂ ਦੇ ਕੋਲ ਹੀ ਗੁਰੂ ਘਰ ਦੀ ਜਿਹੜੀ ਮਾਇਆ ਦਾ ਲੈਣ ਦੇਣ ਦਾ ਪ੍ਰਬੰਧ ਹੁੰਦਾ ਸੀ, ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ, ਜਿੰਨੀ ਆਮਦਨ ਹੋਣੀ ਉਹ ਵੀ ਇਹਨਾਂ ਨੇ ਸਾਂਭਣੀ, ਜਿੰਨਾ ਖਰਚਾ ਹੋਣਾ ਉਹ ਵੀ ਇਹਨਾਂ ਨੇ ਕਰਨਾ। ਤੋ ਮਸੰਦਾਂ ਨੇ ਜਿੰਨੀ ਜਿੰਨੀ ਮਾਇਆ ਦੀ ਕੋਈ ਵਸਤੂ ਆਉਣੀ ਸੀ ਉਹ ਅੱਗੇ ਸੇਵਾਦਾਰਾਂ ਨੂੰ ਦੇ ਕੇ ਸਾਜੋ ਸਮਾਨ ਖਰੀਦਣ ਭੇਜਿਆ, ਕੁਝ ਉਹ ਆਪ ਖਰੀਦਣ ਗਏ ਹਨ। ਗਣ ਪਾਗ ਬਸਰ ਅਣਵਾਏ ਲੀਨ, ਫਿਰ ਮਹਾਰਾਜ ਜੀ ਵਾਸਤੇ ਦਸਤਾਰਾਂ, ਕਿਉਂਕਿ ਮਸੰਦਾਂ ਨੇ ਵੀ ਆਪਣੇ ਵੱਲੋਂ ਦਸਤਾਰਾਂ ਦੇਣੀਆਂ ਸੀ, ਤੋ ਹੋਰ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਦਸਤਾਰਾਂ ਭੇਟ ਕਰਨੀਆਂ ਨੇ ਉਹਨਾਂ ਨੇ ਦਸਤਾਰਾਂ ਮੰਗਵਾਈਆਂ ਹਨ। ਬਹੁ ਮੋਲ ਪਸ਼ਮ ਅੰਬਰ ਮੰਗਾਏ, ਮਹਾਰਾਜ ਜੀ ਦੇ ਪਹਿਨਣ ਵਾਸਤੇ ਬਹੁ ਮੁੱਲੇ ਕੀਮਤੀ ਪਸ਼ਮੀਨੇ ਦੇ ਵਸਤਰ ਮੰਗਵਾਏ ਹਨ। ਪੁਨ ਚੀਰ ਰੇਸ਼ਮੀ ਲੈ ਤਰਾਏ, ਰੇਸ਼ਮ ਦੇ ਜਿਹੜੇ ਚੰਗੇ ਵਧੀਆ ਕੱਪੜੇ ਨੇ ਗੁਰਸਿੱਖ ਉਹ ਲੈ ਕੇ ਆਏ ਨੇ ਕਲਗੀਧਰ ਜੀ ਨੂੰ ਭੇਟਾ ਕਰਨ ਲਈ। ਗਣ ਗ੍ਰਾਮ ਦਰਬ ਦੇ ਕ੍ਰਿਤ ਵਿਸ਼ਾਲ, ਨੇੜੇ ਤੇੜੇ ਪਿੰਡਾਂ ਦੇ ਵਿੱਚੋਂ ਘਿਓ ਇਕੱਠਾ ਕਰਨਾ ਸੀ, ਜਿੱਥੋਂ ਜਿੱਥੋਂ ਘਿਓ ਮਿਲਿਆ ਘਿਓ ਦੀ ਲਾਗਤ ਬਹੁਤ ਜ਼ਿਆਦਾ ਹੋਣੀ ਸੀ ਲੰਗਰਾਂ ਦੇ ਵਿੱਚ, ਇਸ ਕਰਕੇ ਜਿੱਥੋਂ ਜਿੱਥੋਂ ਘਿਓ ਮਿਲਿਆ ਉੱਥੋਂ ਮਾਇਆ ਦੇ ਕੇ ਲੋਕਾਂ ਦੇ ਕੋਲੋਂ, ਕਈ ਗੁਰਸਿੱਖਾਂ ਨੇ ਆਪ ਹੀ ਭੇਟ ਕੀਤਾ, ਸਾਨੂੰ ਮਾਇਆ ਨਹੀਂ ਚਾਹੀਦੀ, ਸਾਨੂੰ ਤਾਂ ਸਤਿਗੁਰਾਂ ਦੀਆਂ ਖੁਸ਼ੀਆਂ ਚਾਹੀਦੀਆਂ ਨੇ। ਘਰਾਂ ਵਿੱਚ ਲੋਕ ਘਿਓ ਅਕਸਰ ਇਕੱਠਾ ਕਰਿਆ ਕਰਦੇ ਸੀ, ਜਿਨ੍ਹਾਂ ਦੇ ਪਸ਼ੂ ਮਾਲ ਡੰਗਰ ਹੋਣਾ ਉਹ ਦੁੱਧ ਤੋਂ ਉਹਨਾਂ ਨੇ ਘਿਓ ਤਿਆਰ ਕਰਕੇ ਆਪਣੇ ਘਰਾਂ ਚ ਰੱਖਣਾ। ਤੋ ਜਿੱਥੇ ਜਿੱਥੇ ਕਈ ਘਿਓ ਵੇਚਦੇ ਵੀ ਸਨ, ਜਿਹੜੇ ਵੇਚਦੇ ਸਨ ਉਹਨਾਂ ਕੋਲੋਂ ਖਰੀਦ ਕੇ ਲਿਆਂਦਾ, ਕਈਆਂ ਗੁਰਸਿੱਖਾਂ ਨੇ ਆਪ ਘਿਓ ਘਰ ਦਾ ਕੱਢਿਆ ਗੁਰੂ ਕੇ ਲੰਗਰਾਂ ਵਿੱਚ ਭੇਟਾ ਕੀਤਾ ਹੈ। ਸਰਕਰਾ ਸੇਤ ਕਰ ਸੰਚ ਜਾਲ, ਸਰਕਰਾ ਕਹਿੰਦੇ ਨੇ ਚਿੱਟੀ ਖੰਡ ਨੂੰ, ਚਿੱਟੀ ਖੰਡ ਵੀ ਉਦੋਂ ਬੜੀ ਦੁਰਲਭ ਹੁੰਦੀ ਸੀ, ਆਮ ਕਰਕੇ ਬਹੁਤੀ ਨਹੀਂ ਸੀ ਮਿਲਦੀ। ਤੋ ਜਿਹੜੀ ਚਿੱਟੀ ਜੇ ਖੰਡ ਹੁੰਦੀ ਵੀ ਸੀ ਤੇ ਉਹ ਬੂਰਾ ਖੰਡ ਹੁੰਦੀ, ਉਹ ਖੰਡ ਜੇ ਕਿਤੋਂ ਮਿਲੀ ਤੇ ਉਹ ਵੀ ਲਿਆਂਦੀ। ਇਤਿਆਦ ਵਸ ਸਭ ਤਿਆਰ ਕੀਨ, ਘਿਓ ਖਾਂਡੇ ਦੇ ਤੋਂ ਇਲਾਵਾ ਹੋਰ ਵੀ ਜਿਹੜੀਆਂ ਵਸਤੂਆਂ ਚਾਹੀਦੀਆਂ ਨੇ ਗੁਰੂ ਘਰ ਵਿੱਚ ਉਹ ਲਿਆਂਦੀਆਂ ਹਨ। ਜਿਤਨੀ ਸੋ ਚਾਹੇ ਸੋ ਅਧਿਕ ਲੀਨ, ਜਿੰਨੀ ਲੋੜ ਹੈ ਉਹਦੇ ਤੋਂ ਵੱਧ ਲਿਆਂਦਾ ਸਮਾਨ, ਕਿਉਂਕਿ ਗੁਰੂ ਘਰ ਹੈ। ਗੁਰੂ ਘਰ ਦੇ ਵਿੱਚ ਕਈ ਵਾਰੀ ਬੰਦਾ ਅੰਦਾਜ਼ਾ ਲਾਉਂਦਾ ਵੀ ਸ਼ਾਇਦ 200 ਬੰਦਾ ਆਵੇਗਾ ਜਾਂ 500 ਬੰਦਾ ਆਵੇਗਾ, ਤੇ ਗੁਰੂ ਘਰ ਹੈ ਇੱਥੇ 500 ਦੀ ਬਜਾਏ 1000 ਵੀ ਆ ਸਕਦਾ, ਤੇ ਕਈ ਵਾਰ ਅੰਦਾਜ਼ਾ 1000 ਦਾ ਲਾਇਆ ਹੁੰਦਾ ਤੇ ਆਉਂਦਾ 500-400 ਬੰਦਾ ਹੀ ਹੈ। ਪਰ ਮਰਿਆਦਾ ਇਹੀ ਹੈ ਗੁਰੂ ਘਰਾਂ ਦੀ ਕਿ ਵੱਧ ਲਿਆਉਣਾ ਲੰਗਰ ਪ੍ਰਸ਼ਾਦਾ ਜਿਹੜਾ ਉਹ ਵਧਣਾ, ਵਧੇ ਨੂੰ ਕਹਿੰਦੇ ਥਾਂ ਹੁੰਦੀ, ਘਟੇ ਨੂੰ ਥਾਂ ਨਹੀਂ ਹੁੰਦੀ, ਵਧਿਆ ਤਾਂ ਫਿਰ ਵੀ ਕਿਸੇ ਨਾ ਕਿਸੇ ਦੇ ਮੂੰਹ 'ਚ ਪੈ ਜਾਣਾ। ਇਸ ਕਰਕੇ ਜਿੰਨੀ ਕੁ ਜ਼ਰੂਰਤ ਹੈ ਉਹਦੇ ਤੋਂ ਵੱਧ ਲੈ ਕੇ ਆਏ ਨੇ ਗੁਰਸਿੱਖ ਜਿਹੜੇ ਰਸਤ ਬਸਤ ਖਰੀਦ ਕੇ। ਕਹਿ ਅੰਤ ਬਾਤ ਸੁਣ ਅੰਤ ਦੇਸ਼, ਹਾਂ ਜਿੱਥੇ ਜਿੱਥੇ ਵੀ ਹੁਣ ਦੇਸ਼ਾਂ ਵਿੱਚ ਇਹ ਖਬਰ ਫੈਲੀ ਕਿ ਨੌਵੇਂ ਪਾਤਸ਼ਾਹ ਜੀ ਸੱਚਖੰਡ ਗਏ, ਜੋਤੀ ਜੋਤ ਸਮਾ ਗਏ ਨੇ ਔਰ ਕਲਗੀਧਰ ਜੀ ਦੀ ਦਸਤਾਰਬੰਦੀ ਹੋਣੀ ਹੈ, ਤੋ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣਿਆ ਨੇੜੇ ਤੇੜੇ ਦੇਸ਼ਾਂ ਵਿੱਚ ਦੂਰ ਦੂਰ ਤੱਕ ਉਹ ਸਿੱਖ ਚੱਲ ਕੇ ਆਉਣ ਲੱਗੇ, ਜੰਤ ਚਿੱਤ ਆਵਤ ਆਸ਼ੇਸ਼, ਉਹਨਾਂ ਦੇ ਮਨ ਦੇ ਵਿੱਚ ਇੱਛਾ ਹੈ ਕਿ ਅਸੀਂ ਚੱਲ ਕੇ ਸਤਿਗੁਰਾਂ ਦੀ ਦਸਤਾਰਬੰਦੀ ਦੇ ਸਮਾਗਮ ਵਿੱਚ ਹਾਜ਼ਰੀ ਭਰੀਏ। ਔਰ ਕਲਗੀਧਰ ਜੀ ਜਦੋਂ ਪਹਿਲੀ ਵਾਰ ਗੁਰਤਾ ਗੱਦੀ ਤੇ ਬੈਠਣ ਤੇ ਅਸੀਂ ਉਹਨਾਂ ਦੇ ਦਰਸ਼ਨ ਕਰੀਏ, ਉਹਨਾਂ ਦੇ ਦੀਦਾਰ ਕਰੀਏ, ਇਹ ਚਾਹਨਾ ਰੱਖ ਕੇ ਸਿੱਖ ਆਉਣ ਲੱਗੇ ਹਨ। ਸੇਵਕ ਮਸੰਦ ਹੋਵੇ ਹੈ ਸੋ ਤਿਆਰ, ਤੇ ਜਿਹੜੇ ਹੋਰ ਦੇਸ਼ਾਂ ਦੇ ਮਸੰਦ ਨੇ ਸੇਵਕ ਨੇ ਉਹਨਾਂ ਕੋਲ ਚਿੱਠੀਆਂ ਪਹੁੰਚ ਗਈਆਂ ਨੇ, ਉਹ ਵੀ ਤਿਆਰ ਹੋਏ
ਆਪਣੇ ਨਾਲ ਸੰਗਤ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਲਈ ਬਹੁ ਮੋਲ ਲੇਤ ਦਸਤਾਰ ਚਾਰ। ਹੁਣ ਉਹ ਜਿਹੜੇ ਜਿਹੜੇ ਦੇਸ਼ ਤੋਂ ਸਿੱਖ ਆਉਂਦੇ ਨੇ, ਜਿਸ ਨਗਰ ਤੋਂ ਆਉਂਦੇ ਨੇ, ਮਹਾਰਾਜ ਜੀ ਲਈ ਬਹੁ ਮੁੱਲੀ ਦਸਤਾਰ ਲੈ ਕੇ ਆਉਂਦੇ, ਕਿਉਂਕਿ ਦਸਤਾਰਾਂ ਹਰ ਪਾਸੇ ਆਉਣੀਆਂ ਸਤਿਗੁਰਾਂ ਵਾਸਤੇ। ਮਹਾਰਾਜ ਜੀ ਦਸਤਾਰਬੰਦੀ ਜੋ ਹੋ ਰਹੀ ਹੈ, ਤੋ ਹਰ ਇੱਕ ਸਿੱਖ ਦੀ ਭਾਵਨਾ ਕਿ ਮੈਂ ਸਤਿਗੁਰਾਂ ਨੂੰ ਦਸਤਾਰ ਭੇਟ ਕਰਾਂ। ਤੋ ਜਿਹੜੇ ਜਿਹੜੇ ਨਗਰ ਤੋਂ ਸਿੱਖ ਆਉਂਦੇ ਨੇ, ਉਹ ਸਾਰੇ ਨਗਰ ਵੱਲੋਂ ਇੱਕ ਦਸਤਾਰ ਆ ਜਾਂਦੀ, ਦੂਜੇ ਨਗਰ ਵੱਲੋਂ ਦੂਜੀ ਦਸਤਾਰ। ਜੇ ਕੋਈ ਮਸੰਦ ਹੈ ਇਲਾਕੇ ਦਾ, ਤਾਂ ਉਹ ਸਾਰੀ ਸੰਗਤ ਦੀ ਥੋੜ੍ਹੀ ਥੋੜ੍ਹੀ ਮਾਇਆ ਪਾ ਕੇ ਦਸਤਾਰ ਇਕੱਠੀ ਸਾਰੀ ਸੰਗਤ ਵੱਲੋਂ ਲੈ ਕੇ ਮਹਾਰਾਜ ਜੀ ਕੋਲ ਪਹੁੰਚ ਰਹੇ ਨੇ। ਸੰਗਤ ਬਟੋਰ ਮਹਿਮਾ ਸੁਣਾ ਹੈ, ਸੰਗਤ ਇਕੱਠੀ ਹੁੰਦੀ ਹੈ ਤੇ ਕਲਗੀਧਰ ਜੀ ਦੀ ਮਹਿਮਾ ਕਰਦੇ ਆ, ਦਸਮੇਸ਼ ਪਿਤਾ ਦੀ ਸਿਫਤ ਕਰਦੇ ਹਨ। ਗੁਰ ਬੈ ਨਵੀਨ ਅਭਿਖੇਕ ਤਾਹੇ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਮਰ ਹਾਲੇ ਬਾਲ ਰੂਪ ਚ ਹਨ। ਕਹਿੰਦੇ ਮਹਾਰਾਜ ਜੀ ਉਮਰ ਬਾਲ ਰੂਪ ਵਿੱਚ ਨੇ, ਪਰ ਉਹਨਾਂ ਨੂੰ ਅਭਿਖੇਕ, ਅਭਿਖੇਕ ਦਾ ਮਤਲਬ ਹੁੰਦਾ ਵੀ ਉਹਨਾਂ ਨੂੰ ਤਿਲਕ ਮਿਲਣਾ ਹੁਣ ਗੁਰਿਆਈ ਦਾ। ਉਹ ਮੇਲ ਹੋਏ ਹੈ ਪੁਰ ਆਨੰਦ, ਸੰਗਤ ਕਹਿੰਦੀ ਜੀ ਆਪਾਂ ਸਾਰੇ ਚੱਲੀਏ ਆਨੰਦਪੁਰ ਸਾਹਿਬ ਚ, ਜੋੜ ਮੇਲ ਹੋਵੇਗਾ, ਬਹੁਤ ਸੰਗਤ ਆਵੇਗੀ, ਨਾਲੇ ਕਲਗੀਧਰ ਦੀ ਪੂਜਾ ਹੁੰਦੀ ਵੇਖਾਂਗੇ, ਨਾਲੇ ਸੰਗਤ ਦੇ ਦਰਸ਼ਨ ਕਰਾਂਗੇ। ਬੜੇ ਬੜੇ ਮਹਾਨ ਗੁਰਸਿੱਖ ਹੋਣਗੇ ਜੋੜ ਮੇਲ ਤੇ, ਦੂਰੋਂ ਦੂਰੋਂ ਗੁਰਸਿੱਖ ਹੋਣਗੇ, ਉਹਨਾਂ ਸਾਰਿਆਂ ਦੇ ਦਰਸ਼ਨ ਪਰਸਨ ਹੋਣਗੇ। ਮਿਲ ਚਲ ਹੋ ਸ਼ੀਗਰ ਉਤਸਵ ਬੁਲੰਦ, ਕਹਿੰਦੇ ਚਲੋ ਵੀ ਛੇਤੀ, ਮਿਲ ਚਲੋ ਸ਼ੀਗਰ ਉਤਸਵ ਬੁਲੰਦ, ਕਹਿੰਦੇ ਬੜਾ ਵੱਡਾ ਉਤਸਵ ਹੋਣਾ ਆਨੰਦਪੁਰ ਸਾਹਿਬ, ਚਲੋ ਭਾਈ ਛੇਤੀ ਚੱਲੀਏ, ਕਿਤੇ ਆਪਾਂ ਖੁੰਝ ਨਾ ਜਾਈਏ ਇਸ ਵੇਲੇ ਤੋਂ। ਮਹਾਰਾਜ ਜੀ ਦੇ ਪਹਿਲੇ ਦਰਸ਼ਨ ਹੋਣਗੇ, ਮਾਨੋ ਤਖ਼ਤ ਤੇ ਬੈਠਿਆਂ ਦੇ, ਗੁਰਤਾ ਗੱਦੀ ਤੇ ਬੈਠਿਆਂ ਦੇ, ਉਹਨਾਂ ਨੂੰ ਜਦੋਂ ਗੁਰਿਆਈ ਦਾ ਤਿਲਕ ਦਿੱਤਾ ਜਾਏਗਾ, ਦਸਤਾਰਬੰਦੀ ਕੀਤੀ ਜਾਏਗੀ, ਤੇ ਇਹ ਪਹਿਲੇ ਅਪੂਰਵ ਦਰਸ਼ਨ ਹੋਣਗੇ ਸਤਿਗੁਰਾਂ ਦੇ ਸਾਡੇ ਲਈ। ਜਹਾਂ ਦਿਸ਼ਨ ਸਿੱਖ ਸੁਣ ਸੁਣ ਤੁਰੰਤ, ਇਹਨਾਂ ਚਾਰਾਂ ਦਿਸ਼ਾਵਾਂ ਤੋਂ ਜਿਹੜਾ ਵੀ ਕੋਈ ਮਾਈ ਭਾਈ ਸੁਣਦਾ, ਬੜੀ ਛੇਤੀ ਨਾਲ ਚੱਲ ਕੇ ਤਿਆਰ ਹੋ ਕੇ ਆਉਂਦੇ ਨੇ। ਮਹਿ ਕਰਤ ਬਿਲਮ ਆਵਣ ਕਰੰਤ, ਦੇਰੀ ਨਹੀਂ ਕਰਦੇ। ਤੇ ਜੇ ਕੋਈ ਕਹਿੰਦਾ ਵੀ ਮੈਂ ਹਾਲੇ ਇੱਕ ਦਿਨ ਦਾ ਕੰਮ ਰਹਿੰਦਾ, ਆਪਾਂ ਕੱਲ ਚੱਲਾਂਗੇ, ਉਹ ਕਹਿੰਦੇ ਤੂੰ ਆਉਂਦਾ ਨਹੀਂ, ਕੱਲ ਨੂੰ ਜਿਹੜਾ ਕੰਮ ਕਰਕੇ ਆਉਣਾ ਅਸੀਂ ਤਾਂ ਚੱਲੇ ਹਾਂ। ਕਾਈ ਨਾਲ ਨਾ ਰਲਿਓ, ਕੋਈ ਰਲਿਆ ਹੀ ਨਹੀਂ ਕੋਈ ਇੱਕ ਦੂਜੇ ਨਾਲ। ਉਹ ਕਹਿੰਦਾ ਕਿੱਧਰ ਚੱਲਿਆ, ਕਹਿੰਦਾ ਕਲਗੀਧਰ ਦੇ ਦਰਸ਼ਨਾਂ ਨੂੰ ਚੱਲੇ। ਉਹ ਕਹਿੰਦਾ ਠਹਿਰ ਮੈਂ ਹੁਣੇ ਆਇਆ, ਕਹਿੰਦਾ ਤੂੰ ਆਉਂਦਾ ਨਹੀਂ ਕਦੋਂ, ਮੈਕੋ ਨਹੀਂ ਠਹਿਰਨ ਦਾ ਵੇਲਾ, ਅਸੀਂ ਨਹੀਂ ਜੇ ਰੁਕਣਾ, ਅਸੀਂ ਤਾਂ ਚੱਲੇ ਹਾਂ ਬਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਕਹਿੰਦੇ ਕਈਆਂ ਨੇ ਜਿਹੜੇ ਕੰਮ ਧੰਦੇ ਸੀ, ਜੇ ਕੋਈ ਬਾਹਰ ਖੇਤਾਂ ਵਿੱਚ ਹਲ ਜੋਤੀ ਬੈਠਾ ਸੀ ਨਾ, ਉਹਨੇ ਸੁਣਿਆ ਕਹਿੰਦੇ ਕਿੱਥੇ ਆਨੰਦਪੁਰ ਸਾਹਿਬ ਚੱਲੇ ਦਰਸ਼ਨਾਂ ਨੂੰ, ਕਹਿੰਦੇ ਅੱਛਾ ਚੱਲ ਚੱਲੀ, ਉਹਨਾਂ ਹਲ ਉੱਥੇ ਹੀ ਛੱਡ ਦਿੱਤੇ, ਪਿੱਛੇ ਸੁਨੇਹਾ ਭੇਜ ਦਿੱਤਾ ਵੀ ਆਪੇ ਸਾਂਭ ਲਿਓ ਘਰ ਦਾ ਸਾਜੋ ਸਮਾਨ, ਮੈਂ ਚੱਲਿਆ। ਕਹਿੰਦੇ ਏਦਾਂ ਗੁਰਸਿੱਖ ਆਉਣ ਲੱਗੇ ਹਨ। ਮਗ ਮਹਿ ਬਹੀਰ ਸੰਗਤ ਬਿਸਾਲ, ਏਦਾਂ ਬਹੀਰ ਚੱਲ ਕੇ ਆਉਂਦਾ ਸੰਗਤ ਦਾ, ਜਦੋਂ ਪਿੰਡੋਂ ਕੋਈ ਚੱਲਦਾ, ਪੰਜ ਸੱਤ ਜਣੇ ਚੱਲਦੇ ਨੇ ਅੱਗੇ ਵਾਲੇ ਪਿੰਡ ਚ, ਉਹ ਲੰਘਦੇ ਕਹਿੰਦੇ ਕਿੱਧਰ ਦਰਸ਼ਨਾਂ ਨੂੰ, ਪੰਜ ਸੱਤ ਉੱਥੋਂ ਰਲ ਜਾਂਦੇ, ਅਗਲੇ ਪਿੰਡ ਚ ਪੰਜ ਸੱਤ ਹੋਰ ਰਲ ਜਾਂਦੇ। ਕਹਿੰਦੇ ਏਦਾਂ ਵਹੀਰ ਬਣ ਗਿਆ ਸੰਗਤ ਦਾ, ਵਹੀਰਾਂ ਦੇ ਵਹੀਰ। ਕਹਿੰਦੇ ਜਦੋਂ ਘਰੋਂ ਚੱਲਦੇ ਆ ਪੰਜ ਸੱਤ ਜਣੇ, ਦਸ ਜਣੇ ਚੱਲਦੇ, ਰਾਹ ਵਿੱਚ ਆਉਂਦਿਆਂ ਆਉਂਦਿਆਂ ਪੰਜ ਪੰਜ ਸੱਤ ਸੱਤ ਸੌ ਬੰਦਿਆਂ ਦਾ ਇਕੱਠ ਹੋ ਜਾਂਦਾ ਸੰਗਤ। ਏਦਾਂ ਮਹਾਰਾਜ ਜੀ ਦੇ ਦਰਸ਼ਨਾਂ ਦਾ ਚਾਅ ਰੱਖ ਕੇ ਆ ਰਹੇ ਨੇ। ਮਿਲ ਬ੍ਰਿੰਦ ਬ੍ਰਿੰਦ ਪਹੁੰਚਹਿ ਉਤਾਲ, ਮਿਲ ਮਿਲ ਕੇ ਇਕੱਠੇ ਹੋ ਕੇ ਆਉਂਦੇ ਹਨ, ਬੜੇ ਉਤਾਵਲੇ ਹੋ ਕੇ। ਬਹੁ ਪੀਰ ਆਨੰਦਪੁਰ ਮਿਲਤ ਜਾਤ, ਆਨੰਦਪੁਰ ਸਾਹਿਬ ਸੰਗਤ ਬਹੁਤ ਇਕੱਠੀ ਹੋ ਰਹੀ, ਬੜਾ ਭਾਰੀ ਇਕੱਠ ਸੰਗਤ ਦਾ ਸ੍ਰੀ ਆਨੰਦਪੁਰ ਸਾਹਿਬ ਇਕੱਠਾ ਹੁੰਦਾ ਜਾ ਰਿਹਾ। ਸਿੱਖ ਮਿਲੇ ਪਰਸ ਪਰ ਕਰਹਿ ਬਾਤ, ਸਿੱਖ ਆਪਸ ਵਿੱਚ ਮਿਲਦੇ ਨੇ, ਗੱਲਾਂ ਬਾਤਾਂ ਕਰਦੇ ਨੇ। ਸਤਿਗੁਰੂ ਗੁਣਨ ਸੁਣ ਸੁਣ ਆਨੰਦ, ਇਹ ਹੁੰਦਾ ਜੋੜ ਮੇਲ। ਅੱਜ ਕੱਲ ਤਾਂ ਜੋੜ ਮੇਲ ਨਹੀਂ ਰਹੇ, ਕੇਵਲ ਮੇਲਾ ਹੀ ਬਣ ਗਿਆ, ਜੋੜ ਮੇਲਾ ਨਹੀਂ ਰਿਹਾ, ਕੱਲਾ ਮੇਲਾ ਰਹਿ ਗਿਆ, ਹੁਣ ਜੋੜ ਮੇਲਾ ਨਹੀਂ ਰਹਿ ਗਿਆ। ਜੋੜ ਮੇਲੇ ਦਾ ਮਤਲਬ ਹੁੰਦਾ ਵੀ ਜਿੱਥੇ ਸਾਰੇ ਸਿਰ ਜੋੜ ਕੇ ਬੈਠਣ, ਗੱਲਬਾਤ ਕਰਨ, ਗੁਰੂ ਘਰ ਦੀ, ਸਤਿਗੁਰਾਂ ਦੀ ਬਾਣੀ ਦੀ, ਗੁਰਬਾਣੀ ਦੀ ਵਿਚਾਰ ਹੋਵੇ, ਸਤਿਗੁਰਾਂ ਦੇ ਇਤਿਹਾਸ ਦੀ ਵਾਰਤਾ ਹੋਵੇ, ਉਹਨੂੰ ਕਹਿੰਦੇ ਨੇ ਜੋੜ ਮੇਲਾ। ਹੁਣ ਜੋੜ ਮੇਲਾ ਨਹੀਂ ਰਿਹਾ, ਹੁਣ ਕੱਲਾ ਮੇਲਾ ਹੋ ਗਿਆ। ਕਿਸੇ ਨੇ ਸੱਜੇ ਮੂੰਹ ਚੁੱਕਿਆ ਹੁੰਦਾ ਮੇਲੇ 'ਚ, ਕਿਸੇ ਨੇ ਖੱਬੇ ਨੂੰ ਚੁੱਕਿਆ ਹੁੰਦਾ,
ਉਹ ਪੀਪਣੀਆਂ ਜਿਹੀਆਂ ਜਵਾਨਾਂ ਨੇ ਮੂੰਹ ਚ ਪਾਈਆਂ ਹੁੰਦੀਆਂ, ਕੋਈ ਇਧਰੋਂ ਵਜਾਉਂਦਾ ਜਾਂਦਾ, ਕੋਈ ਉਧਰੋਂ ਵਜਾਉਂਦਾ ਜਾਂਦਾ। ਅੱਜ ਕੱਲ੍ਹ ਤਾਂ ਜੋੜ ਮੇਲਿਆਂ ਦੀ ਰੂਪ ਰੇਖਾ ਹੀ ਬਦਲ ਗਈ, ਮੇਲੇ ਮੇਲੇ ਹੀ ਰਹਿ ਗਏ, ਜੋੜ ਮੇਲੇ ਨਹੀਂ ਰਹੇ। ਹੁਣ ਆਨੰਦਪੁਰ ਸਾਹਿਬ ਜੋੜ ਮੇਲਾ ਹੋਇਆ, ਇਹ ਜੋੜ ਜਿਹੜਾ ਜੋੜ ਮੇਲ ਦਾ ਮਤਲਬ ਹੁੰਦਾ ਵੀ ਜਿਹੜੇ ਸਿੱਖ ਇੱਥੇ ਇਕੱਠੇ ਹੋਏ ਨੇ ਉਹ ਬੈਠੇ ਨੇ ਇਕੱਠੇ ਹੋ, ਵਾਕਈ ਬੈਠੇ ਨੇ ਔਰ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਜੀ ਦੀ ਗੱਲ ਕਰਦੇ, ਮਹਾਰਾਜ ਜੀ ਦੇ ਘਰ ਦੀ ਕਥਾ ਵਾਰਤਾ ਇੱਕ ਦੂਜੇ ਨੂੰ ਪੁੱਛਦੇ ਆ ਵੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਕਿਵੇਂ ਹੋਈ ਹੈ, ਜਿਹਨਾਂ ਨੂੰ ਪਤਾ ਉਹ ਦੱਸਦੇ ਨੇ। ਗੁਰੂ ਘਰ ਦੀਆਂ ਵਾਰਤਾਵਾਂ ਬਚਨ ਬਿਲਾਸ ਗੁਰਸਿੱਖ ਕਰਦੇ ਨੇ ਔਰ ਬੜੇ ਪਿਆਰ ਨਾਲ, ਐਸਾ ਨਹੀਂ ਸੀ ਕਿ ਆਪਸੀ ਵਿਵਾਦ ਕਰਦੇ ਨੇ, ਵਿਵਾਦ ਨਹੀਂ ਸਨ ਸਿੱਖਾਂ ਵਿੱਚ, ਸਿੱਖਾਂ ਵਿੱਚ ਸੰਵਾਦ ਦੀ ਪ੍ਰਚਲਿਤ ਮਰਿਆਦਾ ਹੈ, ਵਿਵਾਦ ਦੀ ਨਹੀਂ ਹੈ। ਸੰਵਾਦ ਵਿੱਚ ਜੇ ਮੈਂ ਗਲਤ ਹਾਂ ਕੋਈ ਦੂਜਾ ਸਹੀ ਦੱਸਦਾ ਤਾਂ ਉਹਦੀ ਕਬੂਲ ਕਰਨਾ ਵੀ ਹਾਂ ਮੇਰੀ ਇਹ ਗਲਤੀ ਹੈ, ਸੰਵਾਦ ਇਸ ਨੂੰ ਕਹਿੰਦੇ ਨੇ। ਵਿਵਾਦ ਇਹ ਹੁੰਦਾ ਵੀ ਮੈਂ ਆਪਣੀ ਜਾਣ ਬੁੱਝ ਕੇ ਮਨਾਉਣੀ ਅਗਲੇ ਨੂੰ ਥੋਪਣੀ, ਭਾਵੇਂ ਆਪਣੀ ਵਿਚਾਰ ਗਲਤੀ ਹੋਵੇ ਪਰ ਦੂਜੇ ਤੇ ਥੋਪਣੀ ਵੀ ਹਾਂ ਇਹੀ ਸਹੀ ਜੋ ਮੈਂ ਸੋਚਦਾ, ਤੂੰ ਸੰਵਾਦ ਹੁੰਦਾ ਗੁਰਸਿੱਖਾਂ ਦਾ, ਬੈਠੇ ਬੜੇ ਸੋਹਣੇ ਢੰਗ ਨਾਲ ਵਿਚਾਰਾਂ ਕਰਦੇ ਨੇ। ਤਨ ਬੈਨ ਵੀਨ ਮੁਖ ਮਨ ਹੋ ਚੰਦ, ਜਿਨ੍ਹਾਂ ਨੇ ਹਾਲੇ ਦਰਸ਼ਨ ਨਹੀਂ ਕੀਤੇ ਕਲਗੀਧਰ ਦਾ, ਕਿਉਂਕਿ ਦਰਬਾਰ ਲੱਗੇਗਾ ਤੇ ਦਰਸ਼ਨ ਹੋਣਗੇ ਨਾ, ਜਿਨ੍ਹਾਂ ਨੇ ਕੀਤੇ ਨੇ ਨਾ ਉਹ ਦੱਸਦੇ ਨੇ, ਕਹਿੰਦੇ ਕਲਗੀਧਰ ਜੀ ਦੀ ਉਮਰ ਹਾਲੇ ਨਵੀਂ ਹੈ, ਤਕਰੀਬਨ ਦਸਵੇਂ ਸਾਲ ਚ ਉਹਨਾਂ ਨੇ ਪ੍ਰਵੇਸ਼ ਕੀਤਾ ਤੇ ਨਵੀਂ ਹਾਲੇ ਬਾਲ ਸਰੂਪ ਚ ਨੇ, ਪਰ ਸੁੰਦਰ ਬੜੇ ਨੇ, ਇੰਨੇ ਸੁੰਦਰ ਕਹਿੰਦੇ ਜਿਵੇਂ ਚੰਨ ਨਹੀਂ ਹੁੰਦਾ, ਕਹਿੰਦੇ ਨੇ ਕਲੰਕ ਚੰਨ ਹੋਵੇ ਜਿਹਨੂੰ ਕਲੰਕ ਨਾ ਲੱਗਾ ਹੋਵੇ, ਕਹਿੰਦੇ ਐਸੇ ਸੁੰਦਰ ਨੇ ਚੰਨ ਵਾਂਗ, ਹਾਲਾਂਕਿ ਸਤਿਗੁਰੂ ਜੀ ਦੇ ਚਰਨਾਂ ਦੀ ਤਾਂ ਕਰੋੜਾਂ ਚੰਨ ਵੀ ਬਰਾਬਰੀ ਨਹੀਂ ਕਰ ਸਕਦੇ ਸੁੰਦਰਤਾ ਦੀ, ਪਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਕਿਹੋ ਜਿਹਾ, ਕਹਿੰਦੇ ਕੈਸਾ ਸੁੰਦਰ ਚੰਨ ਵਰਗਾ ਚਿਹਰਾ, ਉਹ ਸਿੱਖ ਕਹਿੰਦੇ ਕਹਿੰਦੇ ਚੰਨ ਵਰਗੇ ਸੁੰਦਰ ਨੇ ਕਲਗੀਧਰ ਜੀ। ਸਭ ਕਰਤ ਨਮੋ ਦਰ ਸੰਤ ਰੂਪ, ਕਹਿੰਦੇ ਵੀ ਦਰਸ਼ਨ ਕਰਾਂਗੇ ਸਤਿਗੁਰਾਂ ਦੇ, ਜਦੋਂ ਉਹਨਾਂ ਦੇ ਦਰਸ਼ਨ ਕਰਾਂਗੇ ਉਹਨਾਂ ਨੂੰ ਮੱਥਾ ਟੇਕਾਂਗੇ ਨਮਸਕਾਰ ਕਰਾਂਗੇ। ਮਤ ਚਤੁਰ ਚਪਲ ਸੁੰਦਰ ਅਨੂਪ, ਕਹਿੰਦੇ ਮਹਾਰਾਜ ਜੀ ਬੜੇ ਸਿਆਣੇ ਨੇ ਕਲਗੀਧਰ ਜੀ, ਉਹਨਾਂ ਦੇ ਨੇਤਰ ਜਿਹੜੇ ਨੇ ਉਹ ਬੜੇ ਸੁੰਦਰ ਚੰਚਲ ਨੇ, ਚੰਚਲ ਤੋਂ ਭਾਵ ਹੁੰਦਾ ਵੀ ਸੱਜੇ ਖੱਬੇ ਸਭ ਵੱਲ ਵੇਖਦੇ ਨੇ, ਬੜੇ ਸੁੰਦਰ ਨੇ ਅਨੂਪ ਹਨ। ਗੁਰ ਧੰਨ ਧੰਨ ਮੁਖ ਪਨਤ ਬੈਨ, ਸਾਰੇ ਕਹਿੰਦੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਧੰਨ ਹਨ, ਦਸਮੇਸ਼ ਪਿਤਾ ਜੀ ਧੰਨ ਹਨ, ਧੰਨ ਹਨ, ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ। ਹਾਂਜੀ, ਚੰਚਲ ਸਲਾਜ ਬਿਸਤਿਰਤ ਨੈਣ, ਕਹਿੰਦੇ ਕਲਗੀਧਰ ਦੇ ਜਿਹੜੇ ਨੇਤਰ ਨੇ ਜਿੱਥੇ ਚੰਚਲ ਨੇ ਨਾ ਉੱਥੇ ਸਲਾਜ ਲਾਜ ਸਹਿਤ ਨੇ, ਮਹਾਰਾਜ ਜੀ ਦੇ ਨੇਤਰਾਂ ਵਿੱਚ ਲਾਜ ਵੀ ਹੈ। ਲਾਜ ਕੀ ਹੈ? ਵੀ ਜਿਹੜਾ ਸ਼ਰਨ ਆਇਆ ਉਹਨੂੰ ਪਾਲਣਾ, ਇਹ ਲਾਜ ਹੈ ਮਹਾਰਾਜ ਜੀ ਦੇ ਨੇਤਰਾਂ ਚ, ਇਹ ਲਾਜ ਹੈ ਵੀ ਜਿਹੜਾ ਸ਼ਰਨ ਆਇਆ ਉਹਨੂੰ ਪਾਲਣਾ, ਉਹਨੂੰ ਗਲ ਨਾਲ ਲਾਉਣਾ, ਐਸੇ ਮਹਾਰਾਜ ਜੀ ਦੇ ਨੇਤਰ। ਬਿਸਤਿਰਤ ਦਾ ਮਤਲਬ ਹੁੰਦਾ ਵੀ ਮੋਟੀਆਂ ਮੋਟੀਆਂ ਅੱਖਾਂ ਹੈ ਮਹਾਰਾਜ ਜੀ ਦੇ, ਨੇਤਰ ਬੜੇ ਸੁੰਦਰ, ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨਾ ਲੋਚਨ ਵਿਸਾਲ, ਉਹ ਕਹਿੰਦੇ ਸੋਪਨ ਚਰਿੱਤਰ ਚਿੱਤਰ ਪਾਨਕ ਬਨ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਵਿਸਾਲ, ਲੋਚਨ ਵਿਸਾਲ। ਲੋਚਨ ਕਹਿੰਦੇ ਨੇ ਅੱਖਾਂ ਨੂੰ, ਵਿਸਾਲ ਕਹਿੰਦੇ ਨੇ ਵੱਡਿਆਂ ਨੂੰ, ਕਹਿੰਦੇ ਵੱਡੀਆਂ ਵੱਡੀਆਂ ਅੱਖਾਂ ਨੇ, ਮੋਟੀਆਂ ਮੋਟੀਆਂ ਅੱਖਾਂ ਨੇ ਮਹਾਰਾਜ ਕਲਗੀਧਰ ਦੀਆਂ। ਸਭ ਸਭ ਮਸੰਦ ਸੋ ਕਹਿਤ ਮਾਤ, ਜਦੋਂ ਸੰਗਤ ਇਕੱਠੀ ਹੋਣ ਲੱਗੀ ਤੋ ਮਾਤਾ ਜੀ ਹੋਣੀ ਮਸੰਦਾਂ ਨੂੰ ਕਹਿਣ ਲੱਗੇ ਕਿ ਜਹ ਹਿਸ ਜਗਿਆ ਲਹਿ ਬਹੁ ਪਾਂਤ, ਹਾਂ ਕਹਿਣ ਲੱਗੇ ਵੀ ਸੰਗਤ ਆਈ ਹੈ, ਸੰਗਤ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰੋ। ਗਣ ਸਾਧ ਸੰਤ ਜਿਤ ਕਿਤ ਹਕਾਰ, ਜਿੰਨੇ ਮਹਾਤਮਾ ਨੇ, ਸਾਧੂ ਨੇ, ਗੁਰਸਿੱਖ ਨੇ, ਸੰਤ ਨੇ, ਸਭ ਨੂੰ ਸੱਦਾ ਭੇਜੋ, ਆਖੋ ਇਹ ਨੌਵੇਂ ਪਾਤਸ਼ਾਹ ਜੀ ਦੇ ਨਿਮਿਤ ਲੰਗਰ ਹੋ ਰਹੇ ਨੇ,
ਸਾਰੀ ਸੰਗਤ ਆ ਕੇ ਸਿੱਖ ਗੁਰਸਿੱਖ ਸੰਤ ਸਾਧੂ ਆ ਕੇ ਭੋਜਨ ਛਕੋ। ਸਨਮਾਨ ਸਹਿਤ ਦੀਜੈ ਆਹਾਰ, ਔਰ ਸਭ ਨੂੰ ਸਨਮਾਨ ਸਹਿਤ ਸਤਕਾਰ ਸਹਿਤ ਭੋਜਨ ਛਕਾਓ। ਗੁਰ ਕਾਰਦਾਰ ਸੁਣ ਹੁਕਮ ਏਮ, ਜਿਹੜੇ ਗੁਰੂ ਘਰ ਦੇ ਕਾਰਦਾਰ ਕਰਿੰਦੇ ਸਨ ਉਹਨਾਂ ਨੇ ਜਦੋਂ ਮਾਤਾ ਜੀ ਹੋਣਾ ਦਾ ਹੁਕਮ ਸੁਣਿਆ, ਤਰ ਸ਼ੀਘਰ ਕਰਤ ਪੇ ਕਾਰ ਤੇਮ, ਜੋ ਹੁਕਮ ਸੀ ਉਹਦੇ ਮੁਤਾਬਕ ਬੜੀ ਸ਼ੀਘਰਤਾਈ ਨਾਲ ਉਹੀ ਕਾਰਜ ਕਰਨ ਲੱਗੇ। ਪਕਵਾਨ ਕਰਨ ਹਾਰੇ ਹਕਾਰ, ਤੇ ਭੋਜਨ ਤਿਆਰ ਕਰਨ ਵਾਲੇ ਜਿਹੜੇ ਲਾਂਗਰੀ ਸਨ ਉਹ ਬੁਲਾ ਲਏ। ਸਭ ਜਥਾ ਯੋਗ ਪਰ ਬਿਰਤ ਕਾਰ, ਜਥਾ ਯੋਗ ਸਾਰੇ ਆਪੋ ਆਪਣੀ ਕਾਰ ਚ ਲੱਗ ਗਏ। ਜੇ ਕਿਸੇ ਦੀ ਕੋਈ ਸਬਜ਼ੀ ਭਾਜੀ ਕੱਟਣ ਤੇ ਸੇਵਾ ਲੱਗੀ ਉੱਥੇ ਲੱਗਾ, ਕੋਈ ਪ੍ਰਸ਼ਾਦੇ ਪਕਾਉਣ ਤੇ ਲੱਗਾ, ਕੋਈ ਸਬਜ਼ੀ ਭਾਜੀ ਬਣਾਉਣ ਚ ਲੱਗਾ ਹੋਇਆ, ਏਦਾਂ ਸਾਰੇ ਆਪੋ ਆਪਣੀ ਕਾਰ ਵਿਚ ਲੱਗੇ ਹੋਏ ਨੇ। ਮਿਸਟਾਨ ਆਨ ਕ੍ਰਿਤ ਅਧਿਕ ਦੀਨ, ਲੰਗਰ ਵਿਚ ਮਿੱਠੇ ਦੀ ਵੀ ਜ਼ਰੂਰਤ ਹੈ, ਲੰਗਰ ਵਿਚ ਘਿਓ ਦੀ ਵੀ ਜ਼ਰੂਰਤ ਹੈ। ਇਸ ਕਰਕੇ ਕੋਈ ਮਿੱਠਾ ਲੈ ਕੇ, ਕੋਈ ਖੰਡ ਲੈ ਕੇ ਆ ਰਿਹਾ, ਕੋਈ ਗੁੜ ਲੈ ਕੇ ਆ ਰਿਹਾ, ਕੋਈ ਘਿਓ ਲੈ ਕੇ ਆ ਰਿਹਾ। ਗੋ ਧੂਮ ਚੂਨ ਮੈਦਾ ਸੋਲੀਨ, ਗੋ ਧੂਮ ਚੂਨ ਦਾ ਮਤਲਬ ਹੁੰਦਾ ਹੈ ਵੀ ਆਟਾ ਕਣਕ ਦਾ। ਗੋ ਧੂਮ ਕਹਿੰਦੇ ਨੇ ਕਣਕ ਨੂੰ, ਕਣਕ ਦਾ ਆਟਾ, ਫਿਰ ਮੈਦਾ ਵੀ, ਕਈ ਚੀਜ਼ਾਂ ਮੈਦੇ ਦੀਆਂ ਬਣਨੀਆਂ ਨੇ, ਤੋ ਮੈਦਾ ਵੀ ਲੈ ਕੇ ਆਇਆ ਲਿਆਂਦਾ ਹੈ। ਬਹੁ ਪੂਪ ਪੂਰ ਕਾ ਤਬ ਪਕਾਏ, ਤੇ ਸੰਗਤ ਦੇ ਛਕਣ ਵਾਸਤੇ ਗੁਰੂ ਕੇ ਲੰਗਰ ਤਿਆਰ ਹੋ ਰਹੇ ਨੇ ਤੇ ਪੂੜੀਆਂ ਵੀ ਤਿਆਰ ਹੋਈਆਂ ਨੇ। ਸ਼ੁਭ ਥਾਨ ਵਿਖੇ ਅੰਬਾਰ ਲਾਏ, ਤੇ ਲੰਗਰ ਤਿਆਰ ਕਰ ਕਰਕੇ ਨਾ ਚੰਗੇ ਸਾਫ ਥਾਂ ਤੇ ਉਹ ਲੰਗਰ ਇਕੱਠਾ ਕੀਤਾ ਜਾ ਰਿਹਾ, ਜਿਹੜੀਆਂ ਪਕਵਾਨ ਬਣ ਰਹੇ ਨੇ, ਕਿਉਂਕਿ ਇੱਕੋ ਦਿਨ ਚ ਨੀ ਨਾ ਸਾਰਾ ਕੁਝ ਵਰਤਣਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਬਣਾ ਕੇ ਰੱਖ ਲਈਆਂ ਨੇ। ਹਾਂਜੀ, ਬਹੁ ਦੇਹ ਕੜਾਹੇ ਦੇ ਚੜਾਏ, ਵੱਡੇ ਵੱਡੇ ਕੜਾਏ ਜਿਹੜੇ ਨੇ ਉਹ ਦੇਗਾਂ ਚਾੜੀਆਂ ਹੋਈਆਂ ਨੇ ਭੱਠੀਆਂ ਤੇ। ਕਰ ਤਿਆਰ ਤਿਹਾਵਲ ਤਰਤ ਜਾਏ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋਈ ਖੁੱਲੀ। ਬਹੁ ਬਰੇ ਕਚੋਰੀ ਤਿਆਰ ਕੀਨ, ਦਹੀਂ ਤਿਆਰ ਹੋਈ, ਦਹੀਂ ਵਾਸਤੇ ਬੜੇ ਆਦਿਕ ਜਿਹੜੇ ਨੇ ਦਹੀਂ ਚ ਪਾਉਣ ਲਈ ਉਹ ਤਿਆਰ ਕੀਤੇ ਨੇ। ਗਣ ਲਗੇ ਠਾਨ ਤੂਰਨ ਪਰਵੀਨ, ਔਰ ਜਿਹੜੇ ਚੰਗੇ ਚੰਗੇ ਸਿਆਣੇ ਸਨ ਉਹ ਬੜੀ ਛੇਤੀ ਨਾਲ ਇਹ ਸਾਰੀਆਂ ਚੀਜ਼ਾਂ ਤਿਆਰ ਕਰ ਰਹੇ ਨੇ। ਪਾ ਪਾਕ ਸਿੱਧ ਬਿਦ ਬਿਦ ਕੇਰ, ਔਰ ਕਈ ਪ੍ਰਕਾਰ ਦੇ ਭੋਜਨ ਰਸੋਈ ਜਿਹੜੀ ਹੈ ਲੰਗਰ ਪ੍ਰਸ਼ਾਦੇ ਦੀ ਉਹ ਸਿੱਧ ਹੋ ਰਹੀ ਹੈ। ਗਨ ਪੂਪ ਪੂਰ ਕਾ ਲਗਤ ਟੇਰ, ਔਰ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ, ਕਿਉਂਕਿ ਉਹ ਜ਼ਿਆਦਾ ਟਾਈਮ ਕੱਢ ਜਾਂਦੀਆਂ ਨੇ, ਜਿਹੜਾ ਹੋਰ ਸਿੱਧਾ ਪ੍ਰਸ਼ਾਦਾ ਵਗੈਰਾ ਹੁੰਦਾ ਉਹ ਕਈ ਵਾਰੀ ਇੱਕ ਦਿਨ ਚ ਉਹ ਕੋਸੇ ਦਿਨ ਹੀ ਵਰਤਦਾ। ਕੁਝ ਜਿਹੜੀਆਂ ਪੂੜੀਆਂ ਵਗੈਰਾ ਨੇ ਉਹ ਕਿਉਂਕਿ ਜ਼ਿਆਦਾ ਟਾਈਮ ਵੀ ਕੱਢ ਜਾਂਦੀਆਂ ਨੇ ਤੇ ਸੰਗਤ ਬਹੁਤ ਜ਼ਿਆਦਾ ਹੈ, ਇਸ ਕਰਕੇ ਉਹਨਾਂ ਵਾਸਤੇ ਉਹ ਵੀ ਸਾਰੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਜਿਹੇ ਜਿਹੇ ਮਹੰਤ ਸ਼ੁਭ ਵੇਖ ਸੰਤ, ਉਧਰ ਗੁਰੂ ਪਾਤਸ਼ਾਹ ਜੀ ਦੇ ਇਸ ਮਹਾਨ ਯੱਗ ਦੇ ਬਾਰੇ ਸੁਣ ਕੇ ਬੜੇ ਬੜੇ ਸੰਤ ਮਹੰਤ ਉਹ ਸਾਧੂ ਜਿਹੜੇ ਹੋਰ ਭੇਖਾਂ ਦੇ ਵੀ ਨੇ, ਕਿਉਂਕਿ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਬੜੇ ਬੜੇ ਸਾਧੂ ਆਉਂਦੇ, ਜਿਹੜੇ ਕੋਈ ਵੈਰਾਗੀ ਸੀ, ਕੋਈ ਸੰਨਿਆਸੀ, ਸਤਿਗੁਰਾਂ ਨਾਲ ਸਾਰੇ ਪਿਆਰ ਕਰਦੇ ਸੀ ਨੌਵੇਂ ਪਾਤਸ਼ਾਹ ਨੇ। ਕਿਉਂ? ਕਿਉਂਕਿ ਨੌਵੇਂ ਪਾਤਸ਼ਾਹ ਸਾਰਿਆਂ ਨਾਲ ਪਿਆਰ ਕਰਦੇ ਸੀ। ਜਦੋਂ ਮਹਾਰਾਜ ਜੀ ਗਏ ਨੇ ਨਾ ਪਟਨਾ ਸਾਹਿਬ ਨੂੰ ਤੇ ਕੁਰੂਕਸ਼ੇਤਰ ਆਏ, ਇੱਥੋਂ ਬੜਾ ਵੱਡਾ ਸਾਧੂਆਂ ਦਾ ਟੋਲਾ ਮਹਾਰਾਜ ਜੀ ਦੇ ਨਾਲ ਗਿਆ, 300-400 ਸਾਧੂ ਸੀ ਜਿਹੜੇ ਸਤਿਗੁਰਾਂ ਦੇ ਨਾਲ ਗਏ। ਉਹਨਾਂ ਨੂੰ ਜਿਨ੍ਹਾਂ ਨੂੰ ਖਬਰ ਹੋਈ ਵੀ ਨੌਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਉਹ ਸਾਰੇ ਆਏ ਆਨੰਦਪੁਰ ਸਾਹਿਬ। ਹਕਾਰ ਲਿਆਵਤ ਕਰੰਤ, ਉਹ ਸਾਰੇ ਮਹਾਂਪੁਰਸ਼ਾਂ ਸਾਧੂਆਂ ਨੂੰ ਬੁਲਾਇਆ ਗਿਆ। ਆਵਤ ਸਮੂਹ ਜਿਤ ਕਿਤ ਜਮਾਤ, ਅਨੇਕਾਂ ਜਮਾਤਾਂ ਦੇ ਜਿਹੜੇ ਮਹਾਂਪੁਰਸ਼ ਨੇ, ਜਮਾਤ ਵੱਖਰੀਆਂ ਵੱਖਰੀਆਂ ਜਮਾਤਾਂ ਹੁੰਦੀਆਂ ਸਾਧੂਆਂ ਦੀਆਂ, ਉਹ ਸਾਰੇ ਆਏ ਨੇ। ਬਹੁ ਬਿਪਰ ਆਏ ਅਰ ਅਪਰ ਜਾਤ, ਬਹੁਤ ਸਾਰੇ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼, ਚਾਰਾਂ ਵਰਣਾਂ ਦੇ ਲੋਕ ਆਏ ਨੇ। ਸਭ ਜਥਾ ਯੋਗ ਸਨਮਾਨ ਸਾਥ, ਆਇਆ ਹੋਇਆ ਸਾਰਿਆਂ ਦਾ ਜਥਾ ਯੋਗ ਸਤਿਗੁਰੂ ਜੀ ਸਨਮਾਨ ਕਰਦੇ ਨੇ। ਚੜ ਊਚ ਮਹਿਲ ਪਰ ਪਿਖਤ ਨਾਥ, ਜਗਤ ਨਾਥ ਗੁਰੂ ਕਲਗੀਧਰ ਜੀ ਮਹਿਲ ਦੇ ਉੱਤੇ ਖਲੋਤੇ ਸਾਰਿਆਂ ਵੱਲ ਵੇਖਦੇ, ਇਸ਼ਾਰਾ ਕਰਕੇ ਭਾਈ ਉਹ ਮਹਾਂਪੁਰਸ਼ ਆਏ, ਉਹ ਸਾਧੂ ਆਏ, ਉਹ ਸੰਗਤ ਆਈ ਹੈ,
ਸਭ ਨੂੰ ਵੇਖ ਕੇ ਮਹਾਰਾਜ ਜੀ ਸਭ ਦਾ ਸਨਮਾਨ ਕਰਦੇ ਤੇ ਕਰਾਉਂਦੇ ਨੇ। ਸਗਰ ਮਸੰਦ ਪੰਗਤ ਬਣਾਏ, ਜਿੰਨੇ ਮਸੰਦ ਸੀ ਡਿਊਟੀ ਤੇ ਲੱਗੇ ਹੋਏ ਸੇਵਾ ਚ, ਉਹਨਾਂ ਨੇ ਪੰਗਤ ਬਣਾਈ ਸਾਰੀ ਸੰਗਤ ਦੀ। ਜਸ ਉਚਿਤ ਪਿਖੇ ਤਸ ਥਲ ਬਿਠਾਏ, ਸਾਰਿਆਂ ਨੂੰ ਜਿੱਥੇ ਜਿੱਥੇ ਥਾਂ ਮਿਲਦੀ ਹੈ ਉਚਿਤ ਥਾਂ ਤੇ ਸਭ ਨੂੰ ਬਿਠਾਇਆ। ਬਹੁ ਭਾਈ ਪੇਰ ਦੇ ਤਰ ਬ੍ਰਿੰਦ, ਬਹੁਤ ਸਾਰਾ ਇਕੱਠ ਪੰਗਤਾਂ ਲੱਗ ਗਈਆਂ, ਸੈਂਕੜੇ ਹਜ਼ਾਰਾਂ ਬੰਦੇ ਪੰਗਤਾਂ ਵਿਚ ਬੈਠੇ ਨੇ ਲੰਗਰ ਛਕਣ ਲਈ। ਕਹਿ ਕਹਿ ਟਿਕਾਏ ਪੰਗਤ ਬਿਲੰਦ, ਔਰ ਸਾਰਿਆਂ ਨੂੰ ਟਿਕਾਇਆ ਪੰਗਤ ਦੇ ਵਿਚ ਕੇ, ਭਾਈ ਸਤਕਾਰ ਸਹਿਤ ਸਾਰੇ ਭੋਜਨ ਛਕਣ ਲਈ ਬੈਠੋ। ਗਣ ਲਗੇ ਪਰੋਸਣ ਕੋ ਆਹਾਰ, ਜਦੋਂ ਪੰਗਤ ਲੱਗ ਗਈ ਫਿਰ ਭੋਜਨ ਪਰੋਸਣ ਵਾਲੇ ਜਿਹੜੇ ਵਰਤਾਰੇ ਸਨ ਉਹ ਲੱਗੇ ਨੇ। ਤ੍ਰਿਪਤਾ ਸੁਜਿਤ ਇੱਕ ਬਾਰ ਡਾਰ, ਬਹੁਤ ਸਾਰੇ ਪਰੋਸਣ ਵਾਲੇ ਲੱਗੇ, ਜਦੋਂ ਉਹ ਥਾਲ ਚ ਪਾਉਂਦੇ ਇੱਕੋ ਵੇਰੀ ਬਹੁਤਾ ਪਾ ਦਿੰਦੇ, ਦੁਬਾਰਾ ਦੁਬਾਰਾ ਪਹਾਉਣ ਨਾਲੋਂ ਖੁੱਲਾ ਗੱਫਾ ਪਾ ਦਿੰਦੇ ਆ, ਤੇ ਕੜਾ ਵੀ ਕੜਾ ਪ੍ਰਸ਼ਾਦ ਜਿਹੜਾ ਕੜਾ, ਇੱਕ ਤਾਂ ਦੇਗ ਤਿਆਰ ਹੈ, ਦੂਜਾ ਉਦਾਂ ਕੜਾ ਬਣਾਇਆ ਹੋਇਆ ਲੰਗਰ ਦੇ ਵਿੱਚ, ਉਹ ਖੁੱਲਾ ਖੁੱਲਾ ਉਦੋਂ ਕੜਾ ਵੀ ਬੜਾ ਖਾ ਜਾਂਦੇ ਸੀ ਲੋਕ, ਕਿਲੋ ਕਿਲੋ ਦੋ ਦੋ ਕਿਲੋ ਕੜਾ ਹੀ ਖਾ ਜਾਣ ਵਾਲੇ, ਉਹ ਖੁੱਲਾ ਖੁੱਲਾ ਗੱਫਾ, ਜੋ ਮਿੱਠਾ ਮਿੱਠੇ ਦੇ ਬੜੇ ਸ਼ਕੀਨ ਹੁੰਦੇ ਸੀ ਲੋਕ, ਖੁੱਲਾ ਮਿੱਠਾ ਜਿਹੜਾ ਉਹਨਾਂ ਦੇ ਲੰਗਰਾਂ ਵਿੱਚ ਵਰਤਾਇਆ ਗਿਆ, ਹੋਰ ਭੋਜਨ ਵਰਤਾਇਆ ਗਿਆ। ਤੂਰਨ ਕਰੰਤ ਸਭ ਅਗਰ ਦੀਨ, ਔਰ ਸਾਰਿਆਂ ਨੂੰ ਬੜੀ ਕਾਹਲੀ ਨਾਲ ਛੇਤੀ ਛੇਤੀ ਵਰਤਾ ਕੇ, ਕਾਹਲੀ ਦਾ ਮਤਲਬ ਹੁੰਦਾ ਵੀ ਫੁਰਤੀ ਦੇ ਨਾਲ, ਫੁਰਤੀ ਦੇ ਨਾਲ ਜਿਹੜੇ ਵਰਤਾਰੇ ਨੇ ਉਹ ਲੰਗਰ ਵਰਤਾਉਂਦੇ ਨੇ। ਪੌਣ ਲਗੇ ਅਚਨ ਸਭ ਸਵਾਦ ਲੀਨ, ਸਭ ਭੋਜਨ ਛਕਣ ਲੱਗੇ ਨੇ, ਗੁਰੂ ਕਾ ਲੰਗਰ ਹੈ ਕਹਿੰਦੇ ਬੜਾ ਹੀ ਸਵਾਦ ਹੈ, ਵਿੱਚ ਇੰਨਾ ਰਸ ਹੈ ਮਹਾਰਾਜ ਜੀ ਦੇ ਲੰਗਰ ਵਿੱਚ। ਬਹੁ ਕਰਤ ਸਰਾਹਣ ਬਾਰ ਬਾਰ, ਸਲਾਘਾ ਕਰਦੇ ਜਿਹੜਾ ਵੀ ਭੋਜਨ, ਜਿਹੜੇ ਹੋਰ ਮਤਾਂ ਦੇ ਸਾਧੂ ਮਹਾਤਮਾ ਆਏ ਨਾ, ਜਦੋਂ ਭੋਜਨ ਛਕਦੇ ਨੇ ਤੇ ਉਹ ਸਲਾਘਾ ਕਰਦੇ ਹਨ। ਮੁਖ ਕਹਿਤ ਕਯੋ ਨਾ ਹੋਏ ਅਸ ਆਹਾਰ, ਮੂੰਹ ਕਹਿੰਦੇ ਕਹਿੰਦੇ ਏਦਾਂ ਦਾ ਭੋਜਨ ਨੀ ਕਦੇ ਛਕਿਆ ਗੁਰੂ ਕੇ ਲੰਗਰ ਵਿੱਚ, ਕਲਾ ਹੀ ਇਹੋ ਜਿਹੀ ਵਰਤੀ ਹੈ। ਜਦੋਂ ਗੁਰਬਾਣੀ ਪੜ੍ਹ ਕੇ ਮਹਾਰਾਜ ਜੀ ਦੀ ਮਰਿਆਦਾ ਸਹਿਤ ਭੋਜਨ ਤਿਆਰ ਹੁੰਦਾ, ਲੰਗਰ ਤਿਆਰ ਹੁੰਦਾ, ਉਹ ਲੰਗਰ ਵਿੱਚ ਸਵਾਦ ਹੀ ਵੱਖਰਾ ਹੁੰਦਾ। ਅਕਸਰ ਮੈਂ ਕਈਆਂ ਦੇ ਮੂੰਹੋਂ ਸੁਣਿਆ ਕਹਿੰਦੇ ਜੀ, ਜਿਹੜੀ ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਨਾ, ਵੀ ਉਹਦਾ ਅਸੀਂ ਘਰ ਵੀ ਬਣਾ ਲਈਏ, ਕਹਿੰਦੇ ਉਹਦਾ ਸਵਾਦ ਹੀ ਨਹੀਂ ਬਣਦਾ, ਕਹਿੰਦੇ ਉਹਦਾ ਸਵਾਦ ਹੀ ਨਹੀਂ ਆਉਂਦਾ, ਕਹਿੰਦੇ ਪਤਾ ਨਹੀਂ ਗੁਰਦੁਆਰੇ ਕੀ ਪਾਉਂਦੇ ਆ ਕੜਾਹ ਪ੍ਰਸ਼ਾਦ ਵਿੱਚ, ਕਹਿੰਦੇ ਅਸੀਂ ਘਰ ਬਣਾਉਂਦੇ ਹਾਂ ਉੱਦਾਂ ਦਾ ਨਹੀਂ ਬਣਦਾ, ਉਹ ਬਣਦਾ ਵੀ ਕੋਈ ਨਹੀਂ ਘਰ, ਉਹ ਬਣੇਗਾ ਉਦੋਂ ਜਦੋਂ ਗੁਰੂ ਪਾਤਸ਼ਾਹ ਨੂੰ ਭੋਗ ਲੱਗੇਗਾ ਨਾ ਕੜਾਹ ਪ੍ਰਸ਼ਾਦ ਦੀ ਦੇਖ ਨੂੰ, ਉਹ ਫਿਰ ਉਹਦੇ ਚ ਸਵਾਦ ਭਰਦਾ, ਫਿਰ ਉਹਦੇ ਚ ਰਸ ਭਰਦਾ, ਗੁਰੂ ਦੀ ਕਲਾ ਵਰਤਦੀ ਹੈ। ਉਹ ਜਿਹੜੇ ਲੰਗਰ ਛਕ ਰਹੇ ਨੇ ਉਹ ਕਹਿੰਦੇ ਵਾਹ ਜੀ ਕਮਾਲ, ਐਸਾ ਭੋਜਨ ਅਸੀਂ ਕਦੇ ਨੀ ਛਕਿਆ। ਗੁਰਦੇਵ ਹੇਤ ਗੁਰਨੰਦ ਕੀਨ, ਕਹਿੰਦੇ ਹੋਵੇ ਵੀ ਕਿਉਂ ਨਾ ਰਸ ਵਾਲਾ, ਆਪਣੇ ਪਿਤਾ ਜੀ ਦੇ ਨਿਮਿੱਤ, ਜੋ ਗੁਰੂ ਨੇ ਉਹਨਾਂ ਦੇ ਨਿਮਿੱਤ, ਉਹਨਾਂ ਦੇ ਪੁੱਤਰ ਉਹ ਵੀ ਜਿਹੜੇ ਗੁਰੂ ਨੇ, ਯਾਨੀ ਕਿ ਕਲਗੀਧਰ ਜੀ, ਉਹ ਇਹ ਭੋਜਨ ਕਰਕੇ ਵਰਤਾ ਰਹੇ ਨੇ, ਛਕਾ ਰਹੇ ਨੇ ਸੰਗਤ ਨੂੰ, ਤੇ ਫਿਰ ਇਹਦੇ ਵਿੱਚ ਐਸਾ ਰਸ ਕਿਉਂ ਨਾ ਭਰੇ। ਜੋ ਆਪ ਕਰਨ ਕਾਰਨ ਪਰਬੀਨ, ਜਿਹੜੇ ਆਪ ਹੀ ਕਰਨ ਕਾਰਨ ਨੇ, ਪਰਬੀਨ ਨੇ, ਸੰਸਾਰ ਦੇ ਸਮਸਤ ਜੀਵਾਂ ਨੂੰ ਕਿ ਰੋਜੀ ਦਹੰਦ ਹੈ, ਰੋਜੀ ਦੇਣ ਵਾਲੇ ਨੇ, ਉਹ ਜਦੋਂ ਆਪ ਆਪਣੀ ਨਿਗਾਹ ਥੱਲੇ ਸਾਰਿਆਂ ਨੂੰ ਰੋਜੀ ਦੇ ਰਹੇ ਨੇ, ਪ੍ਰਸ਼ਾਦਾ ਛਕਾ ਰਹੇ ਨੇ, ਸਭ ਦ੍ਰਿਸ਼ਟੀ ਕਰ ਰਹੇ ਨੇ, ਤੇ ਫਿਰ ਉਸ ਭੋਜਨ ਵਿੱਚ ਐਸਾ ਰਸ ਕਿਉਂ ਨਾ ਵਰਤੇ। ਇਹਨ ਪੰਚਾਮ੍ਰਿਤ ਵਰਤਾਏ ਦੀਨ, ਕੜਾ ਪ੍ਰਸ਼ਾਦ ਦੀ ਦੇਗ ਵੀ ਆਈ, ਭੋਗ ਲੱਗਿਆ ਮਹਾਰਾਜ ਜੀ ਨੂੰ, ਉਹ ਦੇਗ ਵੀ ਫਿਰ ਵਰਤਾਈ। ਬਿਨ ਪੂਪ ਪੂਰ ਕਾ ਦੀਨ ਲਿਕੀਨ, ਕਹਿੰਦੇ ਪੂੜੀਆਂ ਵਰਤ ਰਹੀਆਂ ਨੇ, ਪੂੜੇ ਵਰਤ ਰਹੇ ਨੇ। ਦਦ ਬਰੇ ਸਜੀਰਕ ਦੇਤ ਤਾਏ, ਦਹੀਂ ਜਿਹਦੇ ਵਿੱਚ ਬੜੇ ਪਾਏ, ਜੀਰਾ ਪਾਇਆ ਹੋਇਆ ਉਹ ਵਰਤ ਰਹੀ ਹੈ। ਬਿਨ ਜਾਚੇ ਦੇਖਤ ਅਧਿਕ ਪਾਏ, ਉਹ ਬਿਨਾ ਜਾਚ ਜਿਹੜੇ ਕੁਛ ਛਕ ਰਹੇ ਨੇ ਨਾ, ਉਹ ਮਾੜਾ ਜਿਹਾ ਵੇਖਦਾ ਹੀ ਹੈ ਵਰਤਾਉਣ ਵਾਲਾ, ਉਹ ਸੋਚਦਾ ਵੀ ਸ਼ਾਇਦ ਕਹਿੰਦਾ ਪਾ ਦੇ, ਉਹ ਬਿਨਾ ਮੰਗੇ ਉਹਦੀ ਥਾਲ ਚ ਪਾ ਦਿੰਦੇ, ਕਹਿੰਦੇ ਏਦਾਂ ਖੁੱਲੇ ਗੱਫੇ ਵਰਤ ਰਹੇ ਨੇ। ਹੋਏ ਤ੍ਰਿਪਤ ਖਾਏ ਸਵਾਦਿਤ ਬੇਸਾਲ, ਇਹ ਨਹੀਂ ਸੀ ਵੀ ਜੇ ਕਿਸੇ ਦੇ ਲੰਗਰ ਵੱਧ ਪਿਆ ਤੇ ਉਹ ਜਾ ਕੇ ਵੀ ਖਾਧਾ ਨਹੀਂ ਗਿਆ ਤੇ ਰੋੜ ਦਿੱਤਾ। ਅੱਜ ਕੱਲ ਕੁਝ ਏਦਾਂ ਦਾ ਵਰਤਾਰਾ ਸਾਡੇ ਸਮਾਜ ਵਿੱਚ ਵਰਤ ਰਿਹਾ, ਭੋਜਨ ਲੰਗਰ ਜਿੱਥੇ ਵਰਤਦਾ ਹੈ ਜਾਂ ਸੜਕਾਂ ਤੇ ਵਰਤਾਉਂਦੇ ਆ ਜਾਂ ਕਿਤੇ ਵੀ ਵਰਤਾਉਂਦੇ ਆ, ਉਹ ਮੂੰਹ ਵਿੱਚ ਘੱਟ ਪੈਂਦਾ ਤੇ ਸੁੱਟਿਆ ਜ਼ਿਆਦਾ ਜਾਂਦਾ ਹੈ, ਇਹ ਯੋਗ ਨਹੀਂ। ਯਥਾ ਸ਼ਕ
ਵਰਤਾਉਣ ਵਾਲੇ ਨੂੰ ਵੀ ਵੇਖਣਾ ਚਾਹੀਦਾ ਤੇ ਜਿਹੜਾ ਲੈਣ ਵਾਲਾ ਉਹ ਵੀ ਓਨਾ ਕੁ ਲਵੇ ਜਿੰਨਾ ਕੁ ਛੱਕ ਸਕਦਾ। ਪਰ ਪੁਰਾਣਿਆਂ ਲੋਕਾਂ ਦੀਆਂ ਖੁਰਾਕਾਂ ਚੰਗੀਆਂ ਸੀ, ਹੁਣ ਵੀ ਐਣ ਕਹੇ, ਪਰ ਪੁਰਾਣੇ ਸਮਿਆਂ ਵਿੱਚ ਉਹ ਖੁੱਲੇ ਖੁੱਲੇ ਗੱਫੇ ਪਾਏ ਨੇ, ਉਹ ਛੱਕ ਵੀ ਲੈਂਦੇ ਸਨ। ਤੋ ਕਹਿੰਦੇ ਏਦਾਂ ਵਰਤਾਰੇ ਜਿਹੜੇ ਨੇ ਉਹ ਖੁੱਲ ਦਿਲੀ ਨਾਲ, ਵੀ ਕੋਈ ਇਹ ਨਾ ਸੋਚੇ ਵੀ ਗੁਰੂ ਘਰ ਦੇ ਵਿੱਚ ਕੰਜੂਸੀ ਕੀਤੀ ਜਾ ਰਹੀ ਹੈ ਵਰਖਾਣ ਵੇਲੇ, ਤੋ ਖੁੱਲਾ ਗੱਫਾ ਵਰਤਦਾ ਤੇ ਛੱਕਦੇ ਹਨ। ਕਿਹ ਲਿਹੋ ਲਿਹੋ ਫਿਰ ਤੇ ਉਤਾਲ, ਉਹ ਜਿਹੜੇ ਵਰਤਾਰੇ ਨੇ ਉਹ ਕਹਿੰਦੇ ਫਿਰਦੇ, ਹਾਂ ਭਾਈ ਦਹੀਂ ਵਾਹਿਗੁਰੂ ਜੀ, ਦਾਲ ਵਾਹਿਗੁਰੂ ਜੀ, ਭਾਜੀ ਵਾਹਿਗੁਰੂ ਜੀ, ਉਹ ਨਾਲ ਨਾਲ ਵਰਤਾਉਂਦੇ ਨਾਲੇ ਵਾਹਿਗੁਰੂ ਵਾਹਿਗੁਰੂ ਕਰਦੇ। ਉਹ ਕਹਿੰਦੇ ਆਹ ਵੀ ਲੈ ਲਓ, ਆਪ ਪੁੱਛਦੇ ਹਾਂ ਪਾਈਏ ਭਾਈ ਸਾਹਿਬ, ਏਦਾਂ ਬੇਨਤੀਆਂ ਕਰਦੇ ਛਕਾਉਣ ਵੇਲੇ ਪ੍ਰੇਮ ਦੇ ਨਾਲ। ਪ੍ਰੇਮ ਭਾਵ ਵੀ ਸੀ ਨਾ ਸਿੱਖਾਂ ਵਿੱਚ, ਹੁਣ ਤਾਂ ਵਰਤਾਉਣ ਵਾਲੇ ਵਰਤਾਰਿਆਂ ਦੇ ਕੋਲ ਜੇ ਕੋਈ ਕਹਿ ਦੇ 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 ਭਾਈ, ਉਹ ਬਹਿੰਦਾ ਨੀ ਟੇਕ ਕੇ ਛਾਲਾ ਮਾਰੀ ਜਾਣਾ। ਉਹ ਨਾ ਜਿਹੜੇ ਛਕਣ ਵਾਲੇ ਨੇ ਉਹ ਸੰਤੋਖੀ ਨੀ ਰਹੇ, ਦੇਣ ਵਾਲੇ ਸਤੀ ਨੀ ਰਹੇ। ਪੁਰਾਤਨ ਸਮਿਆਂ ਚ ਦੇਣ ਵਾਲੇ ਸਤੀ, ਛਕਣ ਵਾਲੇ ਸੰਤੋਖੀ, ਦੇਣ ਵਾਲਾ ਸਤੀ, ਖਾਣ ਵਾਲਾ ਸੰਤੋਖੀ। ਹੁਣ ਜਿਹੜਾ ਲੈਣ ਵਾਲਾ ਉਹ ਵੀ ਭੱਜ ਭੱਜ ਕੇ ਉਹਦੀ ਬਿਰਤੀ ਵੀ, ਜਿਹੜਾ ਦੇਣ ਵਾਲਾ ਉਹ ਵੀ ਨੀ ਕਹਿੰਦਾ ਵੀ ਜੇ ਚਲੋ ਮੰਗਦਾ ਤੇ ਪਾ ਦਈਏ, ਉਹਨੂੰ ਕਹਿੰਦਾ ਟੇਕੇ ਨੀ ਪੈਂਦਾ, ਛਾਲਾ ਮਾਰੀ ਜਾਣਾ, ਟਪੂਸ਼ੀਆਂ ਮਾਰੀ ਜਾਣਾ, ਨਾਲੇ ਕਰ ਰਿਹਾ ਸੇਵਾ। ਜਿਹਦੀ ਸੇਵਾ ਕਰ ਰਿਹਾ ਉਹਨੂੰ ਕਹਿੰਦਾ ਟਪੂਸ਼ੀਆਂ ਮਾਰੀ ਜਾਣਾ, ਬਾਂਦਰ ਵਾਂਗੂ ਟੱਪੀ ਜਾਣਾ, ਬਹਿੰਦਾ ਨੀ। ਪਰ ਪੁਰਾਤਨ ਗੁਰਸਿੱਖ ਇੱਕ ਇੱਕ ਚੀਜ਼ ਦਾ ਖਿਆਲ ਰੱਖਦੇ, ਸੰਗਤ ਵਿੱਚ ਵਿਚਰਦਿਆਂ ਇਹੋ ਜਿਹਾ ਬੋਲ ਨਹੀਂ ਸਨ ਬੋਲਦੇ ਵੀ ਜਿਹਦੇ ਨਾਲ ਗੁਰੂ ਕੇ ਸਿੱਖਾਂ ਦੀ ਜਾਂ ਸੰਗਤ ਦੀ ਤੁਹੀਨ। ਜਦੋਂ ਸੰਗਤ ਹੋ ਗਈ ਇਕੱਠੀ ਫਿਰ ਉਹਦੀ ਤੁਹੀਨ ਹੋ ਜਾਂਦੀ। ਇਕੱਲਾ ਦੁਕੱਲਾ ਕਿਤੇ ਆਸੇ ਪਾਸੇ ਹੋਵੇ, ਕੋਈ ਗੱਲ ਕਹੀ ਵੀ ਜਾਵੇ, ਕਹਿਣੀ ਤਾਂ ਨਹੀਂ ਚਾਹੀਦੀ, ਕਹੀ ਵੀ ਜਾਏ ਤੇ ਸ਼ਾਇਦ ਖੇਮਾ ਹੋ ਜਾਏ। ਪਰ ਜਦੋਂ ਸੰਗਤੀ ਰੂਪ ਵਿੱਚ ਕਿਸੇ ਸੰਗਤ ਨੂੰ, ਗੁਰਸਿੱਖਾਂ ਦੇ ਸਮੁਦਾਇ ਨੂੰ ਉਹਦੇ ਵਿੱਚ ਕੋਈ ਕਬੂਲ ਬੋਲਣਾ ਫਿਰ ਔਖਾ ਹੋ ਜਾਂਦਾ। ਉਹ ਕਹਿੰਦੇ ਪੁੱਛਦੇ ਆ ਵਰਤਾਰੇ ਜਿਹੜੇ ਨੇ, ਪਾਈਏ ਭਾਈ ਸਾਹਿਬ ਜੀ, ਹੋਰ ਖੀਰ ਪਾਈਏ ਸਵਾਈ ਜੀ, ਹਾਂਜੀ ਮਹਾਰਾਜ ਜੀ, ਕੜਾਹ ਪ੍ਰਸ਼ਾਦ ਦੀ ਦੇਗ ਦੇਈਏ, ਤੂੰ ਏਦਾਂ ਹਾਂ ਪ੍ਰਸ਼ਾਦਾ ਦੇਈਏ ਮਹਾਰਾਜ ਜੀ, ਹੋਰ ਏਦਾਂ ਬੜੇ ਪਿਆਰ ਨਾਲ ਪੁੱਛਦੇ ਹਨ। ਬਹੁ ਮਾਧੁਰ ਤੁਰਸ਼ ਅਰ ਤਿਕਤ ਜੋਏ, ਗੁਰੂ ਕੇ ਲੰਗਰ ਕਈ ਤਰ੍ਹਾਂ ਦੇ ਬਣੇ ਨੇ, ਮਿੱਠੇ ਵੀ ਨੇ, ਕੁਝ ਚੀਜ਼ਾਂ ਵਿੱਚ ਖਟਾਸ ਭਰੀਆਂ ਜਿਵੇਂ ਚਟਣੀ ਆਦਿ। ਖਾਲਸੇ ਦੇ ਬੋਲੇ ਚਟਣੀ ਨੂੰ ਤੁਰਤ ਪਲਾ ਕਹਿੰਦੇ, ਤੁਰਤ ਪਲਾਓ। ਤੁਸੀਂ ਆਖੋਗੇ ਵੀ ਤੁਰਤ ਪਲਾ ਦਾ ਕੀ ਮਤਲਬ ਹੁੰਦਾ, ਸਬਜ਼ੀ ਬਣਾਉਣ ਲਈ ਪਹਿਲਾਂ ਸਬਜ਼ੀ ਕੱਟੋ, ਫਿਰ ਹੌਲੇ ਜਿਹਾ ਤੇਲ ਪਾਓ, ਫਿਰ ਉਹਨੂੰ ਤੜਕਾ ਲਾਓ, ਹੌਲੇ ਹੌਲੇ ਰਿੰਨੀ ਜਾਏਗੀ। ਚਟਣੀ ਨੂੰ ਤੁਰਤ ਪਲਾ ਤਾਂ ਕਹਿੰਦੇ ਆ ਵੀ ਜਿਹੋ ਜਿਹੀ ਹੈ ਥੋੜਾ ਜਿਹਾ ਪਿਆਜ਼ ਵਗੈਰਾ ਜੋ ਹੈ ਕੁੱਟੋ ਨਾਲੋ ਨਾਲ ਛੱਕ ਕੇ ਆਨੰਦ। ਇਸ ਕਰਕੇ ਚਟਣੀ ਨੂੰ ਤੁਰਤ ਪਲਾ ਕਹਿੰਦੇ ਆ। ਸਿੱਖ ਫਿਰਦੇ ਆ ਉੱਥੇ ਕਹਿੰਦੇ ਲਓ ਮਹਾਰਾਜ ਤੁਰਤ ਪਲਾ ਛਕੋ। ਕਈਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਉਹ ਸੋਚਦੇ ਵੀ ਤੁਰਤ ਪਲਾ ਪਤਾ ਨੀ ਕਿਹੜੀ ਇਹੋ ਜਿਹੀ ਨਿਆਮਤ ਬਣੀ ਹੋਣੀ। ਉਹ ਇੱਕ ਵੀਰ ਬੈਠਾ ਉਹ ਕਹਿੰਦਾ ਵੀ ਜਲ ਛਕੋ ਜਲ, ਤੇ ਕੋਈ ਆਮ ਅਨਮਤ ਗਿਆ ਸੀ ਦੂਜਾ ਬਾਹਰ ਦਾ ਕੋਈ ਹੈ, ਉਹ ਕਹਿੰਦਾ ਵੀ ਬਾਕੀ ਤਾਂ ਸਾਰੀਆਂ ਚੀਜ਼ਾਂ ਬੜੇ ਸਵਾਦ ਵਾਲੀਆਂ ਸੀ ਪਰ ਜਿਹੜਾ ਉਹਨਾਂ ਨੇ ਜਲ ਦਿੱਤਾ ਸੀ ਉਹ ਨਿਰਾ ਪਾਣੀ ਵਰਗਾ ਸੀ। ਉਹ ਪਤਾ ਨੀ ਕੀ ਚੀਜ਼ ਸੀ ਵੀ ਕਹਿੰਦੇ ਜਲ ਸੀ ਪਰ ਲੱਗਦਾ ਪਾਣੀ ਵਾਂਗੂ ਸਵਾਦ ਸੀ। ਉਹ ਖਾਲਸੇ ਦੇ ਬੋਲੇ ਹੁੰਦੇ ਉਹ ਖੱਟੀਆਂ ਮਿੱਠੀਆਂ ਚੀਜ਼ਾਂ ਜਿਹੜੀਆਂ ਨੇ। ਹੁਣ ਕਈ ਵਾਰੀ ਮਿੱਠੇ ਪ੍ਰਸ਼ਾਦਿਆਂ ਦਾ ਵੀ ਹੋ ਜਾਂਦਾ ਵੀ ਮਿੱਠਾ ਪ੍ਰਸ਼ਾਦਾ, ਤੋ ਏਦਾਂ ਉਹ ਸਾਰੇ ਭੋਜਨ ਪਕਵਾਨ ਜਿਹੜੇ ਨੇ ਵਰਤ ਰਹੇ ਨੇ। ਸਭ ਸਣੇ ਸਣੇ ਅਚਵੰਤ ਸੋਏ, ਸਾਰੇ ਸਹਿਜ ਸਹਿਜ ਛੱਕ ਰਹੇ ਨੇ। ਇੱਕ ਬਿਮਲ ਬਾਰ ਦੇ ਬਾਰ ਬਾਰ, ਕਈ ਜਲ ਵਰਤਾਉਣ ਵਾਲੇ ਜਿਹੜੇ ਨੇ ਉਹ ਜਲ ਵਰਤਾ ਰਹੇ ਨੇ। ਚਿਤ ਮੁਦਤ ਤ੍ਰਿਪਤ ਸਵਾਦਤ ਆਹਾਰ, ਮੈਨੂੰ ਤਾਂ ਭਾਈ ਸਾਹਿਬ ਜੀ ਜਦੋਂ ਇਕੱਲੀ ਇਕੱਲੀ ਬਰੀਕੀ ਨਾਲ ਇੱਕ ਗੱਲ ਲਿਖਦੇ ਨੇ ਨਾ, ਬਸ ਏਦਾਂ ਹੀ ਪ੍ਰਤੀਤ ਹੁੰਦਾ ਵੀ ਭਾਈ ਸਾਹਿਬ ਕੋਲ ਖੜੇ ਨੇ ਤੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋ ਰਿਹਾ ਸਾਰਾ ਕੁਝ। ਉਹ ਵੇਖ ਵੇਖ ਕੇ ਕਹੀ ਜਾਂਦੇ ਵੀ ਆਹ ਜਲ ਵਰਤਾਉਣ ਵਾਲੇ ਵੀ ਜਲ ਵਰਤਾ ਰਹੇ ਨੇ, ਹੈ ਨਾ ਵੇਖੋ ਇੱਕ ਨਿੱਕੀ ਨਿੱਕੀ ਗੱਲ। ਉਹ ਕਹਿੰਦੇ ਪਾਣੀ ਵਰਤਾਉਣ ਵਾਲੇ ਜਿਹੜੇ ਨੇ ਜਲ ਵਰਤਾਉਣ ਵਾਲੇ ਉਹ ਜਲ ਵਰਤਾ ਰਹੇ ਹਨ। ਹੁਣ ਪਾਨ 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 ਕਰ ਪਾਨ ਤੋਏ, ਕਹਿੰਦੇ ਫਿਰ ਕੋਈ ਜਲ ਛਕਣ ਤੋਂ ਬਾਅਦ ਭੋਜਨ ਛੱਕ ਕੇ ਜਿਹਨਾਂ ਜਲ ਛੱਕ ਲਿਆ, ਜਲ ਛਕਣ ਤੋਂ ਬਾਅਦ ਫਿਰ ਪਾਨ ਦਾ ਮਤਲਬ ਹੱਥ ਨੂੰ ਕਹਿੰਦੇ, ਫਿਰ ਉਹ ਆਪਣੇ ਹੱਥਾਂ ਨੂੰ ਪਾਣੀ ਦੇ ਨਾਲ ਧੋਂਦੇ ਹਨ। ਗੁਰ ਤਨ ਤਨ ਇਹ ਸ਼ਬਦ ਹੋਏ, ਸਭ ਦੀ ਰਸਨਾ ਤੋਂ ਇਹੀ ਸ਼ਬਦ ਨਿਕਲਦਾ, ਤਨ ਗੁਰੂ ਤਨ ਗੁਰੂ ਸਭ ਆਖੋ ਤਨ 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 ਗੁਰ ਸੋਈ,
ਸਤਿਗੁਰਾਂ ਨੂੰ ਧੰਨ ਕਹਿਆਂ ਵੀ ਜਮ ਨੇੜੇ ਨਹੀਂ ਆਉਂਦੇ ਖਾਲਸਾ ਜੀ। ਸਤਿਗੁਰਾਂ ਨੂੰ ਜਿਹੜੇ ਧੰਨ ਕਹਿੰਦੇ ਆ ਉਹਨਾਂ ਦੇ ਨੇੜੇ ਨਹੀਂ ਆਉਂਦੇ ਜਮ। ਤੋ ਇਸ ਤਰ੍ਹਾਂ ਗੁਰਸਿੱਖ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਕਰ ਰਹੇ ਹਨ। ਸਭ ਮਾਤ ਸਹਿਤ ਸਤਿਗੁਰ ਸੁਜਾਨ, ਮਾਤਾ ਜੀ ਦੇ ਸਹਿਤ ਗੁਰੂ ਕਲਗੀਧਰ ਜੀ, ਬਹੁ ਦਰਬ ਮਸੰਦਨ ਦੀਨ ਪਾਨ, ਬਹੁਤ ਸਾਰਿਆਂ ਮਸੰਦਾਂ ਨੂੰ ਮਾਇਆ ਵੰਡੀ ਹੈ। ਦੇਹ ਸਭਨ ਜਾਏ ਨਹਿਰੋ ਰਹੋਏ, ਕਿਉਂਕਿ ਜਿਹੜੇ ਬਹੁਤ ਸਾਰੇ ਸਾਧੂ ਮਹਾਤਮਾ ਆਏ ਨੇ ਉਹਨਾਂ ਨੂੰ ਮਾਇਆ ਵੀ ਨਾਲ। ਇਹ ਵੀ ਮਰਿਆਦਾ ਕਿ ਗੁਰਸਿੱਖਾਂ ਨੂੰ ਜਦੋਂ ਭੋਜਨ ਛਕਾਉਣਾ ਥੋੜੀ ਬਹੁਤ ਮਾਇਆ ਜਿਹੜੀ ਹੈ ਯਥਾ ਸ਼ਕਤ ਉਹਨਾਂ ਦੇ ਮਾਣ ਸਤਿਕਾਰ ਵਜੋਂ ਜਿੰਨੀ ਕੋਈ ਦੇ ਸਕਦਾ ਉਹ ਵੀ ਦੇਣ ਦੀ ਮਰਿਆਦਾ ਹੁਣ ਤੱਕ ਵੀ ਗੁਰਸਿੱਖਾਂ 'ਚ ਚੱਲਦੀ ਹੈ। ਤੋ ਕਲਗੀਧਰ ਜੀ ਨੇ ਮਰਿਆਦਾ ਆਪ ਚਲਾ ਰਹੇ ਨੇ ਸਾਰੀ, ਤਾਂ ਜੋ ਆਉਣ ਵਾਲੇ ਸਮੇਂ 'ਚ ਸਿੱਖਾਂ 'ਚ ਪ੍ਰਪਾਟੀ ਚੱਲਦੀ ਰਹੇ। ਹਾਂਜੀ, ਬਿਦ ਸਾਥ ਲਿਹੋ ਨਹਿ ਸ਼ੂਸ਼ ਕੋਈ, ਕਹਿੰਦੇ ਵੇਖੋ ਕੋਈ ਰਹਿ ਨਾ ਜਾਵੇ, ਸਭ ਨੂੰ ਮਾਇਆ ਜਿਹੜੀ ਉਹ ਜਿੰਨੀ ਯਥਾ ਸ਼ਕਤੀ ਉਹ ਵਰਤਾਈ ਜਾ ਰਹੀ ਹੈ। ਲੇ ਗਨ ਮਸੰਦ ਸਭ ਹੂਣ ਦੀਨ, ਮਸੰਦਾਂ ਨੇ ਖੁਦ ਜਾ ਕੇ ਮਾਇਆ ਵੰਡੀ ਹੈ। ਦੇਜ ਸੰਤ ਮਹੰਤਨ ਅਧਿਕ ਚੀ, ਜਿਹੜੇ ਉਹ ਬੜੇ ਬੜੇ ਮਹਾਤਮਾ ਸਾਧੂ ਆਏ ਨੇ ਜਾਂ ਗੁਰਸਿੱਖ ਆਏ ਨੇ ਜਾਂ ਹੋਰ ਮਤਾਂ ਦੇ ਵੀ ਕਈ ਸਾਧੂ ਆਏ ਨੇ ਸੰਨਿਆਸੀ ਆਏ ਨੇ ਉਹਨਾਂ ਨੂੰ ਮਾਇਆ ਦਿੱਤੀ ਹੈ। ਹਰ ਕੇ ਸੰਭੂ ਬਹੁ ਕਰ ਸਰਾਹੇ, ਔਰ ਸਭ ਬੜੇ ਖੁਸ਼ ਨੇ ਪ੍ਰਸੰਨ ਨੇ ਗੁਰੂ ਘਰ ਦੀ ਸਲਾਘਾ ਕਰਦੇ ਨੇ। ਜਸ ਲਿਹੋ ਪ੍ਰਥਮ ਗੁਰ ਜਗਿਆ ਮਾਹੇ, ਕਹਿੰਦੇ ਮਹਾਰਾਜ ਜੀ ਗੁਰਤਾ ਗੱਦੀ ਤੇ ਹਾਲੇ ਬੈਠਣਾ ਹੈ, ਦਸਤਾਰਬੰਦੀ ਹੋਣੀ ਹੈ। ਪਹਿਲਾ ਯੱਗ ਕੀਤਾ ਲੰਗਰ ਦਾ ਗੁਰੂ ਕਲਗੀਧਰ ਜੀ ਨੇ, ਔਰ ਪਹਿਲੇ ਯੱਗ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਨੇ ਬੜਾ ਵੱਡਾ ਜਸ ਪ੍ਰਾਪਤ ਕੀਤਾ, ਕੋਈ ਕਮੀ ਨਹੀਂ ਰਹਿਣ ਦਿੱਤੀ। ਗੁਰ ਸਕਲ ਕਲਾ ਪੂਰਨ ਬਿਲੰਦ, ਕਹਿੰਦੇ ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਪੂਰਨ ਗੁਰੂ ਹਨ। ਸ੍ਰੀ ਹਰਗੋਬਿੰਦ ਕੇ ਹੋਏ ਮਨਿੰਦ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨਿੰਦੀ ਨੇ ਵੀ, ਜਿਹੋ ਜਿਹੇ ਇਹਨਾਂ ਦੇ ਦਾਦਾ ਜੀ ਸਨ ਉਹੋ ਜਿਹੀ ਹਨ ਇਨ ਬਿਨ। ਉਤਸਾਹ ਬੁੱਧ ਤੈ ਸੋ ਸੁਭਾਏ, ਕਹਿੰਦੇ ਉਤਸ਼ਾਹ ਵੀ ਉਹਨਾਂ ਵਾਂਗੂ ਹੈ ਤੇ ਸੁਭਾਅ ਵੀ ਉਹਨਾਂ ਵਾਂਗੂ ਹੈ। ਜਿਹੋ ਜਿਹਾ ਸੁਭਾਅ ਉਹ ਸੀ ਉਹਨਾਂ ਦਾ ਸੀ ਉਦਾਂ ਦਾ ਹੀ ਇਹਨਾਂ ਦਾ ਹੈ। ਉਰਿਆ ਤੇ ਉਧਾਰ ਜਾਣੇ ਸੋ ਜਾਏ, ਕਹਿੰਦੇ ਬੜੇ ਉਧਾਰ ਹਨ, ਬੜਾ ਖੁੱਲਾ ਦਿਲ ਹੈ ਕਲਗੀਧਰ ਦਾ, ਇੰਨੀ ਉਦਾਰਤਾ ਇੰਨੀ ਦਿਆਲਤਾ ਮਹਾਰਾਜ ਜੀ ਦੀ, ਇਹਨਾਂ ਵਰਗੀ ਉਦਾਰਤਾ ਕਿਸੇ ਵਿੱਚ ਨਹੀਂ। ਜਨ ਬ੍ਰਿੰਦ ਬਿਲੰਦ ਕਰ ਨਿਹਾਲ, ਕਹਿੰਦੇ ਤੇ ਅਨੇਕਾਂ ਨੂੰ ਨਿਹਾਲ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਅਨੇਕਾਂ ਨੂੰ ਗਿਣਤੀ ਕੋਈ ਨੀ ਕਿੰਨਿਆਂ ਕੁ ਨੂੰ ਨਿਹਾਲ ਤੇ ਕਿਰਪਾਰਥ ਕਰਨਗੇ। ਬਖਸ਼ੈ ਆਨੰਦ ਹੋਵੇ ਕਰ ਕਿਰਪਾਲ, ਇਹ ਮਹਾਨ ਕਿਰਪਾਲ ਹੋ ਕਰਕੇ ਆਨੰਦ ਬਖਸ਼ਣਗੇ, ਖੇੜਾ ਬਖਸ਼ਣਗੇ। ਸੁਣ ਦੂਤੀ ਕਹੇ ਅਚਰਜ ਸੁਣਾਏ, ਸੁਣ ਕੇ ਦੂਜਾ ਅਚਰਜਤਾ ਦੇ ਨਾਲ ਕਹਿੰਦਾ ਹੈ, ਇਨ ਪਿਤਾ ਪਿਤਾ ਮਾਂ ਕੈਸ ਆਹੇ, ਕਹਿੰਦੇ ਇਹਨਾਂ ਦੇ ਕਈ ਗੁਰੂ ਸਾਹਿਬ ਦਾ ਕਿਉਂਕਿ ਸੁਭਾਅ ਵੀਰ ਅਸੀਂ ਵੇਖਦੇ ਹਾਂ ਸ਼ਸਤਰਧਾਰੀ ਸਰੂਪ ਵੇਖ ਕੇ, ਉਹ ਕਹਿੰਦੇ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਜਾਂ ਪਿਤਾਮਾ ਜੀ ਸਨ ਦਾਦਾ ਜੀ ਉਹਨਾਂ ਦਾ ਸੁਭਾਅ ਕੈਸਾ ਸੀ। ਸ੍ਰੀ ਅਰਜਨ ਅਰ ਗੁਰੂ ਰਾਮਦਾਸ, ਮਨ ਵਡੇਰੇ ਇਹਨਾਂ ਦੇ ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਰਾਮਦਾਸ ਜੀ, ਨਿਜ ਦਾਸ ਅਨੇਕਣ ਕਰ ਖਲਾਸ, ਜਿਨ੍ਹਾਂ ਨੇ ਆਪਣੇ ਅਨੇਕਾਂ ਦਾਸਾਂ ਦੀ ਬੰਦ ਖਲਾਸੀ ਕੀਤੀ ਹੈ। ਅਸ ਬੰਸ਼ ਵਿਖੇ ਜਿਨ ਜਨਮ ਆਹੇ, ਕਹਿੰਦੇ ਇਹੋ ਜਿਹੇ ਬੰਸ਼ ਵਿੱਚ ਗੁਰੂ ਰਾਮਦਾਸ ਜੀ ਦੇ ਬੰਸ਼ ਵਿੱਚ ਇਹਨਾਂ ਦਾ ਜਨਮ ਹੋਇਆ। ਵੱਡ ਭਾਗ ਜਿਨੋ ਸੇ ਰਹਿ ਪਾਹੇ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹੀ ਰਹਿਣਗੇ ਇਹਨਾਂ ਦੇ ਚਰਨਾਂ ਚ, ਉਹਨਾਂ ਨੂੰ ਇਹਨਾਂ ਦਾ ਸੰਗ ਪ੍ਰਾਪਤ ਹੋਵੇਗਾ। ਇਤਿਆਦ ਕੀਰਤੀ ਕਹਿਤ ਸਰਬ, ਇੱਦਾਂ ਸਾਰੇ ਮਹਾਰਾਜ ਜੀ ਦੀ ਕੀਰਤੀ ਕਰਦੇ ਨੇ, ਕਲਗੀਧਰ ਜੀ ਦੀ ਸੋਭਾ ਕਰਦੇ ਹਨ। ਤੇ ਤ੍ਰਿਪਤ ਦਰਸ਼ਨਾ ਦੀਨ ਦਰਬ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੇ ਨੇ, ਜਿੰਨੇ ਵੀ ਨੇ ਸਭ ਤ੍ਰਿਪਤ ਹੋ ਕੇ ਗਏ, ਉਹਨਾਂ ਦਾ ਪੇਟ ਵੀ ਤ੍ਰਿਪਤ ਹੋਇਆ ਤੇ ਸਤਿਗੁਰਾਂ ਦੇ ਦਰਸ਼ਨ ਦਿਦਾਰ ਕਰਕੇ ਮਨ ਵੀ ਤ੍ਰਿਪਤ ਹੋਇਆ। ਤਨ ਦੀ ਤ੍ਰਿਪਤੀ ਵੀ ਮਿਲੀ ਭੋਜਨ ਨਾਲ, ਤੇ ਸਾਹਿਬ ਦੇ ਦਰਸ਼ਨ ਕਰਕੇ ਸਾਹਿਬ ਦੀ ਕੀਰਤੀ ਸੁਣ ਕੇ, ਕਿਉਂਕਿ ਕੀਰਤਨ ਦੀਆਂ ਸਾਹਿਬਰਾਂ ਵੀ ਲੱਗੀਆਂ ਨੇ, ਉਹਨਾਂ ਨੂੰ ਮਨ ਦੀ ਤ੍ਰਿਪਤੀ ਵੀ ਹਾਸਲ ਹੋਈ ਹੈ। ਬਹੁ ਦੇਤ ਆਸ਼ਿਕਾ ਆਨੰਦ ਪਾਏ, ਸਾਰੇ ਆਪਣੇ ਮੁਖੋਂ ਅਸੀਸਾਂ ਦਿੰਦੇ ਨੇ।
ਗੁਰ ਪੁੱਤਰ ਆਰ ਬਲ ਬੜ ਵਧਾਈ। ਉਹ ਜਿੰਨੇ ਆਏ ਮਹਾਂਪੁਰਖ ਸਾਧੂ ਸਾਰੇ ਕਹਿੰਦੇ ਗੁਰੂ ਕਲਗੀਧਰ ਜੀ ਨੌਵੇਂ ਪਾਤਸ਼ਾਹ ਜੀ ਦੇ ਸਪੁੱਤਰ, ਇਹਨਾਂ ਦੀ ਉਮਰ ਵੱਡੀ ਹੋਵੇ, ਲੰਮੀਆਂ ਉਮਰਾਂ ਹੋਣ ਮਹਾਰਾਜ ਜੀ ਦੀਆਂ। ਜਬ ਲਗੇ ਜਗਤ ਮੈਂ ਜਮਨ ਗੰਗ, ਕਹਿੰਦੇ ਜਦੋਂ ਤੱਕ ਸੰਸਾਰ ਦੇ ਵਿੱਚ ਜਮਨਾ ਤੇ ਗੰਗਾ ਜਾਂ ਧਰਤੀ ਹੈ, ਤਬ ਲਗੇ ਜੀਵੋ ਹੋਏ ਹਰ ਇੱਕ ਸੰਗ, ਉਦੋਂ ਤੱਕ ਮਹਾਰਾਜ ਕਲਗੀਧਰ ਜੀਵਦੇ ਰਹਿਣ ਖੁਸ਼ੀ ਨਾਲ, ਖੇੜੇ ਨਾਲ, ਏਦਾਂ ਸੀਸਾਂ ਦਿੰਦੇ ਨੇ ਲੋਕ। ਹਿਮ ਭਇਓ ਜਗ ਨਰ ਪੀਰ ਬਿਰੰਦ, ਏਦਾਂ ਬੜੀ ਵੱਡੀ ਭੀੜ ਹੋਈ, ਬੜਾ ਇਕੱਠ ਹੋਇਆ ਆਨੰਦਪੁਰ ਸਾਹਿਬ। ਪੂਰੇ ਆਨੰਦ ਵਿਖੇ ਹੋਵੇ ਅਤੇ ਆਨੰਦ, ਸ੍ਰੀ ਆਨੰਦਪੁਰ ਸਾਹਿਬ ਜਤੀ ਆਨੰਦ ਵਰਤ ਰਿਹਾ। ਸਿੱਖ ਸੰਗਤ ਸਭ ਤ੍ਰਿਪਤ ਬਿਲੰਦ, ਸਿੱਖ ਸੰਗਤਾਂ ਨੇ ਸਭ ਤ੍ਰਿਪਤ ਹੋ ਰਹੀਆਂ ਨੇ। ਸੋਨਾ ਅਚਯੋ ਆਹਾਰ ਜੇਤਕ ਮਸੰਦ, ਜਿੰਨੇ ਮਸੰਦ ਪਹਿਲਾਂ ਸਾਰੀ ਸੰਗਤ ਨੂੰ ਚਕਾ ਕੇ ਫਿਰ ਮਸੰਦ ਬੈਠੇ ਨੇ, ਉਹਨਾਂ ਨੇ ਭੋਜਨ ਛਕਿਆ। ਨਰ ਅਨੇਕ ਦੇਸ਼ ਕੇ ਆਏ ਆਏ, ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਲੋਕ ਸਿੱਖ ਆਏ ਨੇ ਉਹ ਵੀ ਬੈਠ ਕੇ ਭੋਜਨ ਛਕ ਰਹੇ ਨੇ। ਕਰ ਦੀਏ ਸਿਵਰ ਚਿਤ ਚਾਈ ਚਾਈ, ਜਿੱਥੇ ਕਿਸੇ ਨੂੰ ਥਾਂ ਮਿਲੀ ਆਨੰਦਪੁਰ ਸਾਹਿਬ ਚ ਬੜੇ ਚਾਅ ਨਾਲ ਸਭ ਨੇ ਆਪੋ ਆਪਣਾ ਪੜਾਅ ਕਰ ਲਿਆ। ਅੱਜ ਵਾਂਗੂ ਨਹੀਂ ਸੀ ਸਰਾਵਾਂ ਹੁੰਦੀਆਂ, ਖੁੱਲੇ ਥਾਂ ਹੁੰਦੇ ਸਨ ਆਲੇ ਦੁਆਲੇ, ਜਿੱਥੇ ਕਿਸੇ ਨੂੰ ਜਗ੍ਹਾ ਮਿਲ ਜਾਣੀ, ਕਿਸੇ ਤੰਬੂ ਲਾ ਲੈਣਾ, ਕਿਸੇ ਨੇ ਏਦਾਂ ਹੀ ਛੱਤ ਥੱਲੇ, ਕਿਸੇ ਦਰਖਤ ਥੱਲੇ ਹੀ ਆਪਣੇ ਆਸਣ ਲਾ ਲੈਣੇ, ਮੰਜੇ ਬਿਸਤਰੇ ਗੁਰੂ ਘਰਾਂ ਚ ਕਈਆਂ ਨੂੰ ਮਿਲ ਜਾਣੇ, ਕਈਆਂ ਨੂੰ ਜੇ ਨਾ ਵੀ ਮਿਲਣੇ ਤੋਂ ਲਾਂਭਾ ਨਹੀਂ ਸੀ ਦਿੰਦੇ ਫਿਰਦੇ। ਉਹ ਇਹ ਨਹੀਂ ਸਨ ਕਹਿੰਦੇ ਫਿਰਦੇ ਆ ਗੁਰਦੁਆਰੇ ਦਾ ਮਸੰਦ ਇਕੱਠੇ ਹੋਏ ਸਾਨੂੰ ਦਿੰਦੇ ਨੇ ਜੀ ਕਮਰਾ, ਭਾਵੇਂ ਉਹਨਾਂ ਕੋਲ ਨਾ ਵੀ ਹੋਵੇ ਉਹ ਤਾਂ ਵੀ ਫਿਰ ਉਹਨਾਂ ਨੂੰ ਸੁਣਾ ਸੁਣਾ ਜਾਂਦੇ। ਕਈ ਵਾਰੀ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਤੇ ਨਾ ਵੀ ਹੋਵੇ ਜੇ ਕਿਤੇ ਆਸਣ ਦਾ ਪ੍ਰਬੰਧ ਤਾਂ ਕੋਈ ਨੀ ਭਾਈ, ਗੁਰੂ ਘਰ ਚ ਇਸ਼ਨਾਨ ਪਾਣੀ ਨੂੰ ਸਰੋਵਰ ਤਾਂ ਹੈ ਨੀ, ਤੇ ਇਸ਼ਨਾਨ ਪਾਣ ਕਰਕੇ ਮਹਾਰਾਜ ਜੀ ਦੀ ਬਾਣੀ ਸੁਣੋ, ਸੁੱਖ ਲਵੋ, ਉਹੀ ਸੁੱਖ ਹੈ ਅਸਲੀ। ਤੋ ਉਹਨਾਂ ਵੇਲਿਆਂ ਚ ਕੋਈ ਅੱਜ ਵਾਂਗੂ ਨਹੀਂ ਸਨ ਪ੍ਰਬੰਧ ਹੁੰਦੇ ਜਾਂ ਸਰਾਵਾਂ ਦੇ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲ ਜਾਣੀ ਤੇ ਸਿੱਖਾਂ ਨੇ ਇੱਕ ਦੂਜੇ ਨਾਲ ਆਪਸ ਵਿੱਚ ਪ੍ਰੇਮ ਭਾਵ ਦੇ ਨਾਲ ਸਮਾਂ ਪਾਸ ਕਰ ਲੈਣਾ। ਸੋ ਦਿਵਸ ਬੀਤਿਓ ਪੁਨ ਬੀਤ ਰਾਤ, ਕਹਿੰਦੇ ਉਹ ਦਿਨ ਬੀਤ ਗਿਆ ਰਾਤ ਵੀ ਬੀਤ ਗਈ। ਸਭ ਗੁਰੂ ਸਬਦ ਕੋ ਗਾਏ ਪ੍ਰਾਤ, ਸਾਰੇ ਅੰਮ੍ਰਿਤ ਵੇਲੇ ਉੱਠੇ ਨੇ ਇਸ਼ਨਾਨ ਪਾਨ ਕਰਕੇ ਕੀਰਤਨ ਕਰ ਰਹੇ ਨੇ। ਬੜ ਭਇਓ ਕੁਲਾਹਲ ਮੁਦਤ ਚੀਤ, ਬੜਾ ਭਾਰੀ ਆਨੰਦ ਵਰਤਿਆ ਸਭ ਦੇ ਹਿਰਦਿਆਂ ਚ ਖੁਸ਼ੀ ਹੈ। ਨਰ ਮਿਲੈ ਪਰਸ ਪਰ ਤਾਰ ਪ੍ਰੀਤ, ਸਾਰੇ ਪਰਸ ਪਰ ਆਪਸ ਵਿੱਚ ਪ੍ਰੇਮ ਭਾਵ ਨਾਲ ਮਿਲਦੇ ਨੇ। ਸ਼ੁਭ ਮਾਸ ਫਲ ਗੁਣ ਪ੍ਰਥਮ ਪਖ, ਹਾਂ ਕਹਿੰਦੇ ਦਿਨ ਰੱਖਿਆ ਕਿਉਂਕਿ ਦਸਤਾਰਬੰਦੀ ਦਾ ਦਿਨ ਰੱਖਣਾ ਜ਼ਰੂਰੀ ਸੀ, ਉਹ ਦਿਨ ਕੁਝ ਦਿਨ ਪਾ ਕੇ ਬਾਅਦ ਚ ਰੱਖਿਆ ਵੀ ਦੂਰੋਂ ਦੂਰੋਂ ਜਿਹੜੀ ਸੰਗਤ ਉਹ ਆ ਸਕੇ। ਤੋ ਦਿਨ ਮੁਕਰਰ ਕੀਤਾ ਗਿਆ ਫੱਗਣ ਦੇ ਮਹੀਨੇ ਵਿੱਚ, ਦਿਨ ਪੰਚਮੀ ਸੋ ਗਿਨ ਲਗਨ ਮੁਖ, ਫੱਗਣ ਦੇ ਮਹੀਨੇ ਦੀ ਪੰਚਮੀ ਦਾ ਦਿਨ ਜਿਹੜਾ ਸੀ ਉਹ ਰੱਖਿਆ ਜਿਹੜਾ ਸ਼ੁਕਲ ਪੱਖ ਦਾ। ਦਸਤਾਰ ਬਾਂਧਵੇ ਹੇਤ ਸੋਦ, ਕਹਿੰਦੇ ਦਿਨ ਸਾਰੀ ਸੰਗਤ ਨੇ ਵਿਚਾਰ ਕਰਕੇ ਵੀ ਆਹ ਦਿਨ ਰੱਖ ਲਓ ਪੰਚਮੀ, ਕਿਉਂਕਿ ਉਹਨਾਂ ਦਿਨਾਂ ਵਿੱਚ ਪੰਚਮੀ, ਦਸਵੀਂ, ਮੱਸਿਆ, ਪੂਰਨਮਾਸ਼ੀ, ਸੰਕ੍ਰਾਂਤ ਇਹੀ ਦਿਨ ਮੁਕਰਰ ਕੀਤੇ ਜਾਂਦੇ ਸੀ ਜਦੋਂ ਕੋਈ ਜੋੜ ਮੇਲਾ ਹੋਣਾ। ਅੱਜ ਵਾਂਗ ਹੁਣ ਐਤਵਾਰ ਤਾਂ ਸ਼ਨੀ ਐਤਵਾਰਾਂ ਦਾ ਕੋਈ ਏਦਾਂ ਦਾ ਰੌਲਾ ਨਹੀਂ ਸੀ ਹੁੰਦਾ ਵੀ ਐਤਵਾਰ ਛੁੱਟੀ ਹੁੰਦੀ ਹੈ ਜਾਂ ਸ਼ਨੀਵਾਰ ਦਾ, ਉਦੋਂ ਏਦਾਂ ਦਾ ਪ੍ਰਬੰਧ ਸੀ ਕਿ ਪੰਚਮੀ ਨੂੰ ਸਮਾਗਮ ਰੱਖ ਲਿਆ ਜਾਂ ਦਸਵੀਂ ਨੂੰ ਰੱਖ ਲਿਆ ਜਾਂ ਮੱਸਿਆ ਨੂੰ ਰੱਖ ਲਿਆ, ਕੋਈ ਦੂਜ ਮਨਾ ਲੈਂਦਾ ਸੀ। ਤੋ ਏਦਾਂ ਇਹ ਦਿਨ ਰੱਖੇ ਹੁੰਦੇ ਸੀ ਸੰਗਤ ਨੇ। ਤੋ ਹੁਣ ਵੀ ਬਹੁਤ ਗੁਰੂ ਘਰਾਂ ਦੇ ਵਿੱਚ ਸਥਾਨਾਂ ਤੇ ਕਿਤੇ ਮੱਸਿਆ ਦਾ ਜੋੜ ਮੇਲਾ ਹੁੰਦਾ, ਕਿਤੇ ਪੂਰਨਮਾ, ਉਹ ਪੁਰਾਤਨ ਸਮੇਂ ਤੋਂ ਹੀ ਚੱਲਦਾ ਆ ਰਿਹਾ ਗੁਰੂ ਕਾਲ ਤੋਂ, ਕਿਉਂਕਿ ਉਦੋਂ ਛੁੱਟੀਆਂ ਦੀਆਂ ਤਰੀਕਾਂ ਹੀ ਇਹ ਹੁੰਦੀਆਂ ਸੀ। ਹੋਰ ਇਹਦੇ ਨਾਲ ਕੋਈ ਬ੍ਰਾਹਮਣਵਾਦ ਨਹੀਂ ਜੁੜਿਆ ਹੋਇਆ ਇਹਨਾਂ ਦਿਨਾਂ ਦੇ ਨਾਲ। ਪੂਰਨਮਾਸ਼ੀ ਚੰਦਰਮਾ ਦੀ ਇੱਕ ਪ੍ਰਕਿਰਿਆ, ਕੁਦਰਤੀ ਪ੍ਰਕਿਰਿਆ, ਉਹਦੇ ਨਾਲ ਚੰਦਰਮਾ ਪੂਰਨ ਹੁੰਦਾ, ਉਹਦੇ ਵਿੱਚ ਕੋਈ ਬ੍ਰਾਹਮਣ ਦਾ ਰੋਲ ਨਹੀਂ ਹੈ ਵੀ ਉਹਨੇ ਆਪ ਆ ਕੇ ਚੰਨ ਨੂੰ ਆ ਉੱਤੋਂ ਇੱਕ ਖਿੜਕੀ ਜੀ ਪਾਸੇ ਜੀ ਕਰਨੀ ਹੈ ਬ੍ਰਾਹਮਣ ਨੇ ਤੇ ਉਹ ਚੰਦਰਮਾ ਜਿਹੜਾ ਉਹ ਪੂਰਾ ਹੋ ਜਾਏਗਾ, ਤੇ ਜਦੋਂ ਉਹਨੇ ਬੰਦ ਕਰਨੀ ਹੈ ਤੇ ਮੱਸਿਆ ਹੋ ਜਾਏਗੀ। ਤਾਂ ਕੁਦਰਤੀ ਪ੍ਰਕਿਰਿਆ ਹੈ ਇਹਦੇ ਨਾਲ ਕਿਸੇ ਬ੍ਰਾਹਮਣ ਦਾ, ਸੰਕ੍ਰਾਂਤ ਦੀ ਇੱਕ ਪ੍ਰਕਿਰਿਆ ਕੁਦਰਤੀ ਹੈ, ਮਹੀਨੇ ਬਾਅਦ ਉਹ ਰਾਸ ਇੱਕ ਰਾਸ ਚ ਸੂਰਜ ਦੂਸਰੀ ਰਾਸ ਚ ਪ੍ਰਵੇਸ਼ ਕਰਦਾ, ਉਹ ਕੁਦਰਤ ਹੈ, ਉਹ ਕੁਦਰਤ ਦਾ ਮਹੀਨਾ ਉਹਦੇ ਮੁਤਾਬਕ ਬਣਿਆ ਹੋਇਆ।
ਤੋ ਉਹਦੇ ਨਾਲ ਵੀ ਕਿਸੇ ਬ੍ਰਾਹਮਣ ਦਾ ਕੋਈ ਸੰਬੰਧ ਨਹੀਂ ਹੈ, ਚਾਹੇ ਉਹ ਪੂਰਨਮਾਸ਼ੀ ਹੈ, ਮੱਸਿਆ ਹੈ, ਪੰਚਮੀ ਹੈ। ਬ੍ਰਾਹਮਣ ਨੇ ਜਿਹੜਾ ਸੰਬੰਧ ਜੋੜਿਆ ਇਹਨਾਂ ਦੇ ਨਾਲ ਵੀ ਚਲੋ ਜੀ ਹੁਣ ਨੌਵੀਂ ਹੈ ਜੀ ਇਹਦਾ ਵਰਤ ਰੱਖ ਲਓ, ਜਦੋਂ ਵਰਤ ਰੱਖ ਲਿਆ ਇਹ ਬ੍ਰਾਹਮਣੀ ਕਿਰਿਆ ਹੋ ਗਈ। ਦਸਵੀਂ ਹੈ ਜੀ ਦਸਵੀਂ ਦੇ ਨਾਲ ਤੁਸੀਂ ਆਹ ਵਰਤ ਰੱਖ ਲਓ ਜੀ, ਅਤੇ ਆਹ ਤੁਸੀਂ ਫਲਾਣੀ ਥਾਂ 'ਤੇ ਆਹ ਕੰਮ ਕਰ ਲਓ ਜੀ, ਇਹ ਤੇਲ ਦਾ ਦਾਨ ਕਰ ਦਿਓ ਜੀ ਤੁਸੀਂ ਆਹ, ਉਹ ਹੁੰਦੀਆਂ ਨੇ ਬ੍ਰਾਹਮਣੀ ਕਿਰਿਆਵਾਂ। ਇਹਨਾਂ ਦਿਨਾਂ 'ਤੇ ਗੁਰੂ ਘਰਾਂ ਵਿੱਚ ਜੋੜ ਮੇਲ ਹੋਣੇ, ਸੰਗਤਾਂ ਦੀ ਹਾਜ਼ਰੀ ਹੋਣੀ, ਕੀਰਤਨ ਕਥਾ ਦੇ ਪ੍ਰਵਾਹ ਚੱਲਣੇ, ਇਹਦੇ ਵਿੱਚ ਬ੍ਰਾਹਮਣੀ ਕਿਰਿਆ ਨਹੀਂ ਹੈ। ਸੰਕ੍ਰਾਂਤ ਵਾਲੇ ਦਿਨ ਤਕਰੀਬਨ ਹਰ ਇੱਕ ਦੀ ਇੱਛਾ ਹੁੰਦੀ ਵੀ ਚਲੋ ਭਾਈ ਰੁਝੇਵਿਆਂ ਵਿੱਚ ਨਹੀਂ ਜਾ ਸਕੇ ਅਤੇ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਪਾ ਲਈਏ, ਤਾਂ ਉਹਦੇ ਬਹਾਨੇ ਨਾਲ ਚਲੋ ਉਹ ਗੁਰੂ ਘਰ ਵਿੱਚ ਆ ਗਿਆ, ਸੰਗਤ ਜੁੜ ਗਈ। ਤਾਂ ਉੱਥੇ ਕੀ ਹੋਇਆ, ਉੱਥੇ ਕਥਾ ਕੀਰਤਨ ਹੀ ਹੋਇਆ ਨਾ ਜੋ ਸੰਕ੍ਰਾਂਤ ਵਾਲੇ ਦਿਨ ਆ ਗਿਆ। ਉਹਨੂੰ ਇਹ ਤਾਂ ਨਹੀਂ ਕਿਸੇ ਬ੍ਰਾਹਮਣ ਨੇ ਤਾਂ ਨਹੀਂ ਆਖਿਆ ਵੀ ਹੁਣ ਇੱਥੇ ਆਇਆ ਵੀ ਇੱਥੇ ਲਿਆ ਸਵਾ ਕਿਲੋ ਮਾਵਾਂ ਦੀ ਦਾਲ ਭੇਟ ਕਰ ਜਾਂ ਇੱਥੇ ਜਾਂ, ਉਹਨੂੰ ਕੋਈ ਬ੍ਰਾਹਮਣੀ ਕਿਰਿਆ, ਉਹਨੂੰ ਗੁਰਬਾਣੀ ਸੁਣਨ ਨੂੰ ਮਿਲੀ, ਗੁਰੂ ਘਰ ਆਇਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਤੋ ਦਿਨ ਰੱਖਿਆ ਹੈ ਫੱਗਣ ਦੇ ਮਹੀਨੇ ਦੀ ਪੰਚਮੀ ਦਾ, ਕਲਗੀਧਰ ਜੀ ਦੀ ਦਸਤਾਰਬੰਦੀ ਦਾ। ਸਹਿਰਾਏ ਠੀਕ ਜਿਨ ਅਧਿਕ ਬੋਧ, ਕਹਿੰਦੇ ਸਭ ਨੇ ਵਿਚਾਰ ਕਰਕੇ ਜਿੰਨੇ ਗੁਰੂ ਘਰ ਦੇ ਮੁਖੀ ਸਨ ਉਹਨਾਂ ਨੇ ਦਿਨ ਮੁਕਰਰ ਕੀਤਾ। ਜਹਿ ਕਹਿ ਸੁਨਾਏ ਪ੍ਰਥਮੈ ਪਠਾਏ, ਚਿੱਠੀਆਂ ਭੇਜ ਦਿੱਤੀਆਂ ਸਾਰੀ ਸੰਗਤ ਨੂੰ ਕਿ ਫੱਗਣ ਦੀ ਪੰਚਮੀ ਵਾਲੇ ਦਿਨ ਗੁਰੂ ਕਲਗੀਧਰ ਦੀ ਦਸਤਾਰਬੰਦੀ ਹੋਣੀ ਹੈ, ਜਿਨ੍ਹਾਂ ਜਿਨ੍ਹਾਂ ਦਰਸ਼ਨ ਕਰਨੇ ਨੇ ਹਾਜ਼ਰੀ ਭਰ ਲਓ। ਸੁਧ ਭਾਈ ਜਿਨੋ ਕਰ ਬੇਗ ਆਏ, ਜਿਨ੍ਹਾਂ ਜਿਨ੍ਹਾਂ ਨੂੰ ਖਬਰ ਹੋ ਗਈ ਉਹ ਛੇਤੀ ਨਾਲ ਚੱਲ ਕੇ ਆਏ। ਲਾਭਪੁਰੀ ਸੁਧਾ ਸਰ ਆਦ ਮੇਲ, ਕਿੱਥੋਂ ਆਏ, ਲਾਹੌਰ ਤੋਂ ਸ੍ਰੀ ਸੁਧਾ ਸਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ। ਸਿੱਖ ਸੰਗਤ ਸੁਣ ਸਭ ਚਲੇ ਗੈਲ, ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਪੰਚਮੀ ਵਾਲੇ ਦਿਨ ਮਹਾਰਾਜ ਜੀ ਦੀ ਦਸਤਾਰਬੰਦੀ ਹੋਣੀ ਹੈ, ਬਹੁਤ ਸਾਰੀ ਸੰਗਤ ਆਉਣ ਲੱਗੀ। ਸ਼੍ਰੀ ਨਾਨਕ ਅੰਗਦ ਅਮਰ ਪਾਸ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ ਪਾਸ, ਮੰਜੀ ਸਿਥਰਨ ਪਦ ਜਿਨ ਆਵਾਸ, ਜਿਨ੍ਹਾਂ ਦੇ ਘਰਾਂ ਵਿੱਚ ਗੁਰੂ ਸਾਹਿਬਾਂ ਦੀਆਂ ਬਖਸ਼ੀਆਂ ਮੰਜੀਆਂ ਸੀ, ਜਿਵੇਂ ਮੰਨ ਲਓ ਗੁਰੂ ਅਮਰਦਾਸ ਸਾਹਿਬ ਨੇ 22 ਮੰਜੀਆਂ ਥਾਪੀਆਂ, ਉਹ ਮੰਜੀਆਂ ਜਿਨ੍ਹਾਂ ਪਰੰਪਰਾਵਾਂ ਜਿਨ੍ਹਾਂ ਪਰਿਵਾਰਾਂ 'ਚ ਚੱਲ ਰਹੀਆਂ ਸੀ, ਉਹਨਾਂ ਨੂੰ ਜਦੋਂ ਖਬਰ ਮਿਲੀ ਉਹ ਵੀ ਸਾਰੇ ਚੱਲ ਕੇ ਆਏ। ਨੌ ਗੁਰਨ ਬੜਾਈ ਬਖਸ਼ ਜਾਹੇ, ਜਿਨ੍ਹਾਂ ਨੂੰ ਵੱਡੇ ਸਤਿਗੁਰਾਂ ਨੇ ਨੌ ਪਾਤਸ਼ਾਹੀਆਂ ਤੱਕ, ਜਿਵੇਂ ਕਿ ਭਾਈ ਮੀਆਂ ਸਾਹਿਬ ਵਾਲੇ ਨੇ, ਸੰਗਤ ਸਾਹੀਏ ਨੇ, ਬਖਤ ਮੱਲੀਏ ਨੇ, ਉਹ ਸਾਰੇ ਜਿੰਨੇ ਵੀ ਨੇ, ਚਾਰ ਧੂਣਿਆਂ ਵਾਲੇ, ਨਿਰਮਲ, ਹੋਰ ਬਹੁਤ ਸਾਰੀਆਂ ਜਿੰਨੀਆਂ ਵੀ ਸੰਪਰਦਾਵਾਂ ਸਨ ਗੁਰੂ ਘਰ ਦੀਆਂ, ਜਿਹੜੀਆਂ ਗੁਰੂ ਸਾਹਿਬ ਦੀਆਂ ਬਖਸ਼ੀਆਂ ਹੋਈਆਂ ਨੇ, ਸੁਥਰੇ ਸ਼ਾਹੀ ਨੇ, ਉਹ ਸਾਰੇ ਚੱਲ ਕੇ ਆਏ ਨੇ। ਸਭ ਚੱਲੇ ਆਏ ਪੁਰ ਆਨੰਦ ਮਾਹੇ, ਉਹ ਸਾਰੇ ਆਏ ਆਨੰਦਪੁਰ ਸਾਹਿਬ ਚੱਲ ਕੇ ਮਹਾਰਾਜ ਜੀ ਦੀ ਦਸਤਾਰਬੰਦੀ ਲਈ। ਸਿੱਖ ਸੰਗਤਾਂ ਨਿਵ ਗਨ ਸਿਵਰ ਕਾਲ, ਬਹੁਤ ਸਾਰੀਆਂ ਸੰਗਤਾਂ ਦਾ ਗਨ ਆ ਕੇ ਸਿਵਰ ਕਰ ਰਿਹਾ, ਡੇਰਾ ਕਰ ਰਿਹਾ। ਕਿਨੇ ਮੁਕਾਮ ਜਹਿ ਕਹਿ ਬੇਸਾਲ, ਆ ਕੇ ਜਿੱਥੇ ਕਿੱਥੇ ਜਿੱਥੇ ਜਗ੍ਹਾ ਮਿਲੀ ਉੱਥੇ ਡੇਰੇ ਕਰ ਲਏ। ਜੋ ਦਿਸ਼ਾ ਨਿਕਟ ਪੁਰ ਗ੍ਰਾਮ ਬਿਰੰਦ, ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਦੂਰ ਦੂਰ ਤੱਕ, ਜਿਵੇਂ ਅੱਜ ਕੱਲ੍ਹ ਤੁਸੀਂ ਹੋਲੇ ਮਹੱਲੇ ਤੇ ਜਾਓ ਨਾ, ਦੂਰ ਦੂਰ ਤੱਕ ਸੰਗਤ ਦਿਸਦੀ, ਏਦਾਂ ਸੰਗਤਾਂ ਦਾ ਕਹਿੰਦੇ ਜੋੜ ਮੇਲ ਹੈ। ਸੁਣ ਸੁਣ ਸਮੂਹ ਆਨੰਦ ਬੇਲੰਦ, ਸਾਰੇ ਅੰਦਰ ਭਾਰੀ ਆਨੰਦ ਵਰਤ ਰਿਹਾ। ਦੋਹਰ ਆਨ ਅਕੋਰਨ ਅਰਪਤੀ, ਆਨੀ ਸ਼ਰਦਾ ਤਾਰ, ਅਨੇਕਾਂ ਪ੍ਰਕਾਰ ਦੀਆਂ ਕੋਰਾਂ ਲਿਆ ਕੇ ਸਤਿਗੁਰਾਂ ਨੂੰ ਅਰਪਦੇ ਨੇ, ਮਨ ਚ ਸ਼ਰਧਾ ਧਾਰਨ ਕਰਕੇ ਗੁਰਸਿੱਖ ਦਰਸ਼ਨ ਕਰਦੇ ਹਨ। ਧੰਨ ਗੁਰੂ ਜਿਨ ਹਿੰਦ ਕੀ ਰਾਖੀ ਸਿਰ ਦਸਤਾਰ, ਤੇ ਨਾਲੇ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ ਹਿੰਦੂ ਧਰਮ ਦੀ ਪੱਗ ਉਹਨਾਂ ਦੇ ਸਿਰ ਤੇ ਰੱਖਣ ਲਈ ਆਪਣਾ ਸੀਸ ਦੇ ਦਿੱਤਾ। ਐਸੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੰਨ ਹਨ, ਧੰਨ ਹਨ। ਹਰ ਇੱਕ ਸਿੱਖ ਦੀ ਰਸਨਾ ਤੇ ਹੀ ਬੋਲ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਦਸਤਾਰਬੰਦੀ ਹੋ ਰਹੀ, ਗੁਰਿਆਈ ਦਾ ਤਿਲਕ ਹੋ ਰਿਹਾ, ਉਹ ਕਥਾ ਆਪ ਦੇ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ, ਤੇਗ ਬਹਾਦਰ ਸਿਮਰਿਆ।
ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੈ ਧਾਏ ਕਰ ਨੌਨ ਦਿਆਵੈ ਧਾਏ ਕਰ ਨੌਨ ਦਿਆਵੈ ਧਾਏ ਕਰ ਨੌਨ ਦਿਆਵੈ ਧਾਏ ਦਿਆਵੈ ਧਾਏ ਕਰ ਨੌਨ ਆਵੈ ਧਾਏ ਸਭ ਥਾਈ ਹੋਏ ਸਹਾਏ 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 ਥਾਈ ਹੋਏ ਸਹਾਏ ਵਾਹਿਗੁਰੂ 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 ਵਾਹਿਗੁਰੂ